ए प्रोग्राम प्राइम एशिया टीवी दी प्रॉपर्टी है। इस दे कंटेंट नू ऑडियो या फिर वीडियो रूप विच चोरी करके यूट्यूब, फेसबुक या होर किसे माध्यम राही वर्तना कॉपीराइट कानून दी उल्लंघना है। अजिहा करन ते कानूनी कार्रवाई कीती जावेगी। प्राइम एशिया टैलीविजन वेख रहे समुचे दर्शकों दविंदर सिंह बैनीपाल वालों प्यार अदब सहित सत श्री अकाल। प्राइम टाइम विद बैनीपाल विच तुहाडा सभना का हार्दिक स्वागत है। दोस्तों अज असी गदगद होए पए हां, इंज लाप रहा है जिमें साडे स्टूडियो के लाटू सारे आप मुहारे जग पे होण। अज असी उस माण मत्ती अदाकारा नूं तुहाडे रूबरू करन जा रहे हाँ जिसनों ज्यों ही तुसी पर्दे ते तकदे हो ते तुसी तुहाडे ढिड विच खुद कुतकुताड़ियां होण लग पैंदियां ने, क्योंकि वह जो भी करते है वह इंज जाप रहा हुंदा है कि वह अदाकारी नहीं कर रहे, सगों उन्हां दे मूहों फुट फुट के आप मुहारे निकल रहे हैं। रब ने उन्हां नूं एक कुदरती दात बख्शी है, वह एक नहीं अनेकां फिल्मां तुहाडी अते पंजाबी मां बोली की झोली पा चुके ने। जिस फिल्म दे विच भी उन्होंने काम किया है वह खुद नहीं उन्हां दा काम बोलिया है, तो अज भी उन्हां दा काम बोलता है सत समुंदर पार आके। इस करके वह समुचे पंजाबियों नूं अपनियां अदावां दे नाल अपनी अदाकारी दे नाल निहाल करते जा रहे हैं। अज असी अपने आप नूं सुभाग्य समझते हैं कि प्राइम एशिया के स्टूडियो के उचेचे तौर पर साडे सद्दे नूं प्रवान करदे आ वह चल के आए है। एक नहीं अनेकां फिल्मां दे विच उन्हां दी अदाकारी दे जौहर तुसीं वेखे होणगे। गल भावें हशर दी करां, पंजाबण दी करां, जट एंड यूलियट दी करां, जट एंड यूलियट टू दी करां, RSVP रोंदे सारे विआह पिछों, ये मैं तुहानूं नहीं कह रहा यह फिल्म का नाम है, इन्हां विच भी इन्होंने काम किया है। अंग्रेज़ दे विच ते उन्होंने कमाला ही कर दित्तियां। एक नहीं बहुत सारिया फिल्मां ने जिन्हां दा अज दे प्रोग्राम दौरान हौली हौली जिक्र हुंदा जाएगा, पर आओ गल्लां बातां बहुतियां ना करिए, उन्होंने जियां नूं आखिए खुशामदीद वेलकम आखिए। तो अज दे प्रोग्राम दे विच मेरी मुराद है तुहाडी चहेती अदाकारा अनीता देवगन जी तो। वह उचेचे तौर पर आए हुए ने, आओ उन्हों का स्वागत करते हैं। जी हाँ जी, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ, ਪ੍ਰਾਈਮ ਏਸ਼ੀਆ ਟੀਵੀ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਵੇਖ ਨਹੀਂ ਸੀ ਰਿਹਾ ਜੀ। ਅੱਛਾ ਅਨੀਤਾ ਜੀ, ਮੈਨੂੰ ਇਹ ਦੱਸੋ ਜਦੋਂ ਅਸੀਂ ਤੁਹਾਨੂੰ ਪਰਦੇ 'ਤੇ ਵੇਖਦੇ ਹਾਂ ਸਾਨੂੰ ਆਪਣੇ ਆਪ ਹੀ ਚਾਅ ਜਿਹਾ ਚੜ ਜਾਂਦਾ ਵੀ ਹੁਣ ਜਦੋਂ ਵੀ ਇਹਨਾਂ ਨੇ ਬੋਲਣਾ ਅੱਤ ਕਰਾਹ ਛੱਡਣੀ ਜੇ। ਇਹ ਮੈਨੂੰ ਦੱਸਿਓ ਤੁਹਾਡੇ ਡਾਇਲੋਗ ਜਿਹੜੇ ਹੁੰਦੇ ਨੇ ਉਹ ਤੁਸੀਂ ਉਚੇਚੇ ਤੌਰ 'ਤੇ ਕਹਿ ਕੇ ਇਸ ਤਰ੍ਹਾਂ ਦੇ ਲਿਖਵਾਉਂਦੇ ਹੋ ਜਾਂ ਉਹ ਤੁਹਾਡੀ ਸ਼ਖਸੀਅਤ ਨੂੰ ਵੇਖ ਕੇ ਇਦਾਂ ਦਾ ਕੰਮ ਦਿੰਦੇ ਆ? ਹੁਣ ਤਾਂ ਰੱਬ ਦੀ ਬੜੀ ਮਿਹਰ ਹੈ ਭਾਈ, ਹੁਣ ਤਾਂ ਮੇਰੇ ਲਈ ਕਰੈਕਟਰ ਲਿਖੇ ਜਾ ਰਹੇ ਆ, ਤੇ ਜਦੋਂ ਮੇਰੇ ਲਈ ਕਰੈਕਟਰ ਲਿਖੇ ਜਾਂਦੇ ਨੇ ਨਾ ਫਿਰ ਉਹਨਾਂ ਨੂੰ ਲੱਗਦਾ ਵੀ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਅਨੀਤਾ ਦੇਵਗਨ ਪਰਦੇ ਤੇ ਬੋਲੂਗੀ ਤੇ ਇਹਨਾਂ ਸਾਰਿਆਂ ਨੂੰ ਬੜੀਆਂ ਚੰਗੀਆਂ ਲੱਗਣੀਆਂ। ਤਦ ਕਰਕੇ ਉਹ ਕੁਝ ਲਿਖ ਦਿੰਦੇ ਨੇ, ਕੁਝ ਪਤਾ ਨਹੀਂ ਕੀ ਚੱਕਰ ਹੈਗਾ ਜਦੋਂ ਮੈਂ ਉਹਨਾਂ ਦੀਆਂ ਲਿਖੀਆਂ ਨੂੰ ਬੋਲਦੀ ਹਾਂ ਨਾ ਤੇ ਮੇਰੇ ਅੰਦਰ ਪਤਾ ਨਹੀਂ ਕਿੱਥੋਂ ਹੋਰ ਵੀ ਜਿਹੜੀਆਂ ਪਈਆਂ ਹੁੰਦੀਆਂ ਉਹ ਵੀ ਬਾਹਰ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ, ਉਹ ਨਾਲ ਮਿਕਸ ਜੀਆਂ ਹੋ ਜਾਂਦੀਆਂ, ਫਿਰ ਉਹ ਸਾਰੀਆਂ ਮਿਲ ਕੇ ਇੱਕ ਮਤਲਬ ਵਧੀਆ ਪੈਕੇਜ ਜਿਹਾ ਬਣ ਕੇ ਤੇ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਪੇਸ਼ ਹੋ ਜਾਂਦੀਆਂ ਨੇ। ਉਹ ਕਦੇ ਡਾਇਰੈਕਟਰ ਨੇ ਤਾਂ ਨਹੀਂ ਕਿਹਾ ਜੀ ਤੁਸੀਂ ਕੋਲੋਂ ਹੀ ਲਾਤਾ, ਇਹ ਤਾਂ ਕਿਹਾ ਹੀ ਨਹੀਂ ਸੀ ਤੁਹਾਨੂੰ? ਨਹੀਂ, ਕਈ ਵਾਰੀ ਉਹ ਕਹਿ ਦਿੰਦੇ ਨੇ ਪਰ ਉਹ ਗੱਲਾਂ ਹੀ ਇੰਨੀਆਂ ਵਧੀਆ ਹੁੰਦੀਆਂ, ਬਹੁਤੀ ਵਾਰੀ ਉਹ ਨਾ ਹੀ ਨਹੀਂ ਕਰਦੇ, ਪਰ ਮੈਂ ਵੈਸੇ ਥੋੜ੍ਹੀ ਜਿਹੀ ਨਾ ਬਹੁਤ ਚੰਗੀ ਹਾਂ ਕਿ ਮੈਂ ਥੋੜ੍ਹੀ ਜਿਹੀ ਨਾ ਬਹੁਤ, ਨਹੀਂ ਥੋੜ੍ਹੀ ਜਿਹੀ ਬਹੁਤ ਚੰਗੀ ਹਾਂ, ਬਹੁਤ ਜ਼ਿਆਦਾ ਬਹੁਤ ਚੰਗੀ ਨਹੀਂ ਹੈ, ਥੋੜ੍ਹੀ ਜਿਹੀ ਬਹੁਤ ਚੰਗੀ ਹਾਂ। ਤਾਂ ਮੈਂ ਕੋਸ਼ਿਸ਼ ਕਰਦੀ ਹੁੰਦੀ ਕਿ ਜਦੋਂ ਮੈਂ ਕੋਈ ਨਵੀਂ ਚੀਜ਼ ਆਪਣੇ ਕੋਲੋਂ ਲਾਉਣੀ ਆ ਤੇ ਉਹ ਮੈਂ ਡਾਇਰੈਕਟਰ ਦੇ ਨਾਲ ਥੋੜ੍ਹਾ ਜਿਹਾ ਗੱਲਬਾਤ ਡਿਸਕਸ ਕਰ ਲਵਾਂ ਜਾਂ ਰਾਈਟਰ ਦੇ ਨਾਲ ਵੀ, ਦੋਵਾਂ ਨਾਲ ਹੀ, ਤੇ ਜਿਹੜੀਆਂ ਚੰਗੀਆਂ ਹੁੰਦੀਆਂ ਚੀਜ਼ਾਂ ਉਹਨਾਂ ਨੂੰ ਲੱਗਦਾ ਕਿ ਇਸ ਕਰੈਕਟਰ ਦੇ ਹਿਸਾਬ ਨਾਲ ਠੀਕ ਹੈ ਜੋ ਬੋਲਿਆ ਜਾ ਰਿਹਾ ਉਹ ਕਹਿ ਦਿੰਦੇ ਨੇ ਬੋਲ ਦਿਓ, ਤੇ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਕਿ ਜਦੋਂ ਤੁਸੀਂ ਕਰੈਕਟਰ 'ਚ ਇੰਨਾ ਜ਼ਿਆਦਾ ਰੰਗੇ ਜਾਂਦੇ ਹੋ ਨਾ ਤੁਹਾਨੂੰ ਖੁਦ ਨੂੰ ਵੀ ਨਹੀਂ ਪਤਾ ਹੁੰਦਾ, ਜਿਵੇਂ ਹੁਣ ਮੈਂ ਜਦੋਂ ਜੱਟ ਐਂਡ ਜੂਲੀਅਟ ਕੀਤੀ ਤਾਂ ਉਹਦਾ ਉਹ ਡਾਇਲੋਗ ਜਿਹੜਾ ਤੁਹਾਨੂੰ ਸਾਰਿਆਂ ਨੂੰ ਬੜਾ ਪਸੰਦ ਹੈ, ਹਾਏ ਮੇਰੀ ਕੂਚੀ ਮੇਰੀ ਮੂਚੀ ਮੇਰੀ ਛੋ ਨਾ, ਉਹ ਸੀਨ ਸ਼ੁਰੂ ਹੋਇਆ, ਮੈਂ ਜਾ ਕੇ ਉਠਾਉਣਾ ਸੀਗਾ ਦਿਲਜੀਤ ਨੂੰ ਤੇ ਮੈਂ ਜਦੋਂ ਤੁਰਨ ਲੱਗੀ ਬੈੱਡ ਤੱਕ ਜਾਣਾ ਸੀ ਮੈਨੂੰ ਉਦੋਂ ਵੀ ਨਹੀਂ ਸੀ ਪਤਾ ਕਿ ਮੈਂ ਇਹ ਬੋਲੂੰਗੀ। ਅੱਛਾ ਜੀ, ਨੋ ਇਹ ਲਿਖਿਆ ਨਹੀਂ ਸੀ ਹੋਇਆ ਪਹਿਲਾਂ? ਨਹੀਂ, ਸਕ੍ਰਿਪਟ 'ਚ ਤਾਂ ਨਹੀਂ ਹੈਗਾ। ਅੱਛਾ ਜੀ, ਉਹ ਜਦੋਂ ਮੈਂ ਫੜਿਆ ਦੁੱਧ ਦਾ ਗਲਾਸ ਹੱਥ ਦੇ ਵਿੱਚ ਤੇ ਆਪਣੇ ਪੁੱਤ ਨੂੰ ਜਗਾਉਣ ਲਈ ਚੱਲੀ ਤੇ ਮੈਂ ਜਦੋਂ ਜਾਨੀ ਆਪਣੇ ਬੱਚੇ ਨੂੰ ਉਠਾਉਣੀ ਆ ਅਮੀਨ ਨੂੰ ਤਾਂ ਮੈਂ ਇਸ ਤਰ੍ਹਾਂ ਬੋਲਦੀ ਤਾਂ ਇੱਕ ਮਾਂ ਦੇ ਅੰਦਰ ਦੀ ਮਮਤਾ ਸੀਗੀ ਜਿਹੜੀ ਉਹ ਆਪਣੇ ਆਪ ਮੁਹਾਰੇ ਮੇਰੇ ਮੂੰਹੋਂ ਨਿਕਲ ਗਿਆ ਤੇ ਉਹ ਮੈਨੂੰ ਵੀ ਨਹੀਂ ਸੀ ਪਤਾ, ਉਹਨਾਂ ਨੂੰ ਵੀ ਨਹੀਂ ਸੀ ਪਤਾ, ਪਰ ਉਹਨਾਂ ਨੂੰ ਅੱਛਾ ਲੱਗਾ ਤੇ ਉਹ ਸਾਰਿਆਂ ਨੂੰ ਵੀ ਬੜਾ ਅੱਛਾ ਲੱਗਾ। ਬਿਲਕੁਲ, ਜਿਹੜਾ ਤੁਹਾਡਾ ਸਹਾਪਣ ਹੈ ਜੀ
ਪਰਦੇ ਤੱਕ ਲਿਆਉਣ ਦੇ ਵਿੱਚ ਕਿੰਨਾ ਕੁ ਯੋਗਦਾਨ ਪਾ ਗਿਆ ਜੀ ਤੁਹਾਡੇ ਵਾਸਤੇ? ਮੈਨੂੰ ਲੱਗਦਾ ਹੈ ਕਿ ਜਦੋਂ ਵੀ ਕੋਈ ਦਰਸ਼ਕ ਮੈਨੂੰ ਮਿਲਦਾ ਜੀ, ਪੈਂਦੇ ਸੱਟੇ ਉਹ ਮੇਰੇ ਨਾਲ ਇਸ ਤਰ੍ਹਾਂ ਨਾਲ ਗੱਲ ਕਰਦੇ ਨੇ ਕਿ ਜਿਵੇਂ ਮੈਂ ਉਹਨਾਂ ਦੀ ਕੋਈ ਰਿਸ਼ਤੇਦਾਰ ਹਾਂ। ਸੱਚੀ ਗੱਲ ਹੈ, ਕੋਲ ਮਿਲ ਜਾਂਦੇ ਹੈ ਨਾ, ਕੋਲ ਮਿਲ ਜਾਣਾ ਵੀ ਤੇ ਇੱਕ ਜਿਹੜੇ ਸਭ ਤੋਂ ਪਿਆਰੇ ਰਿਸ਼ਤੇ ਹੁੰਦੇ ਨਾ ਸਾਡੇ ਪੰਜਾਬੀਆਂ ਦੇ, ਉਹ ਹੁੰਦੇ ਮਾਸੀ, ਮਾਮੀ, ਭੂਆ ਜੀ ਤੇ ਭੈਣ, ਹੈ ਨਾ ਜੀ ਜੀ, ਤੇ ਪਤਨੀ ਨੀ, ਮਤਲਬ ਮੇਰੇ ਘਰ ਚੰਗੀ ਲੱਗਦੀ ਹੋਊਗੀ ਓਨੀ ਜਿੰਨੀ ਮੈਂ ਐਜ਼ ਏ ਭੂਆ, ਐਜ਼ ਏ ਮਾਸੀ ਸਾਰਿਆਂ ਨੂੰ ਨਹੀਂ, ਉਹਨਾਂ ਨੇ ਸੁਣ ਲਿਆ ਜਿਹਨੂੰ ਮੈਂ ਕਿਹਾ ਉਹਨੂੰ ਪਤਾ ਜੇ ਉਹਦੇ ਲਿਖਿਆ। ਸੋ ਮਤਲਬ ਮੈਂ ਹੀ ਕਿਉਂ, ਪਤਨੀ ਦੇ ਰੂਪ ਚ ਕੋਈ ਵੀ ਕਿਸੇ ਨੂੰ ਨੀ ਚੰਗਾ ਲੱਗਦਾ, ਤਾਂ ਮੈਨੂੰ ਜ਼ਿਆਦਾ ਪਸੰਦ ਕਰਦੇ ਨੇ ਇਹਨਾਂ ਕਰੈਕਟਰਸ ਦੇ ਰੂਪ ਦੇ ਵਿੱਚ। ਤੇ ਮੈਨੂੰ ਬੜੇ ਜਾਣੇ ਕਹਿੰਦੇ ਇਹ ਗੱਲ ਕਿ ਤੁਹਾਡੀ ਸ਼ਕਲ ਮੇਰੀ ਭੂਆ ਵਰਗੀ ਆ। ਅੱਛਾ, ਕੋਈ ਕਹੂਗਾ ਤੁਸੀਂ ਮੇਰੀ ਮਾਸੀ ਵਰਗੇ ਹੋ, ਕਈ ਫੋਟੋਆਂ ਵਿਖਾਉਣਗੇ ਮੈਨੂੰ, ਮੈਡਮ ਦੇਖੋ ਆ ਵੇਖੋ ਤੁਸੀਂ ਮੇਰੀ ਮੰਮੀ ਵਰਗੇ। ਮੈਂ ਕਿਹਾ ਮੰਮੀ ਵਰਗੀ ਤਾਂ ਨਾ ਕਹਿ, ਗੱਲ ਹੋਰ ਪਾਸੇ ਨੂੰ ਤੁਰ ਪੈਣੀ ਆ। ਤੇ ਬਾਕੀ ਉਹਨਾਂ ਨੂੰ ਮਤਲਬ ਕਨੈਕਟੀਵਿਟੀ ਲੱਗਦੀ ਹੈ ਜਿਹੜੀ, ਜਾਂ ਤਾਂ ਮੈਨੂੰ ਲੱਗਦਾ ਵੀ ਮੇਰੇ ਵਰਗੇ ਪੀਸ ਹੀ ਬੜੇ ਬਣਾ ਛੱਡੇ ਰੱਬ ਨੇ। ਨਹੀਂ ਬਹੁਤੇ ਨਹੀਂ ਬਣਾਏ, ਇਹ ਤਾਂ ਮੈਨੂੰ ਲੱਗਦਾ ਵਨ ਐਂਡ ਓਨਲੀ। ਥੈਂਕ ਯੂ, ਬਹੁਤ ਵਧੀਆ ਲੱਗਦਾ ਜਦੋਂ ਕੋਈ ਨਾ ਮੁੰਡਾ ਮੇਰੀ ਤਾਰੀਫ ਕਰਦਾ। ਮੈਨੂੰ ਇਹ ਦੱਸੋ, ਬਹੁਤ ਸਾਰੇ ਲੋਕ ਨੇ ਉਹ ਸਟਰਗਲ ਕਰਦੇ ਰਹਿੰਦੇ ਆ ਪਰ ਮੌਜਾ ਮੇਚ ਹੀ ਨਹੀਂ ਆਉਂਦਾ, ਗੱਲ ਕਿਤੇ ਬਣਦੀ ਨਹੀਂ। ਅਨੀਤਾ ਦੇਵਗਨ ਨੂੰ ਸਟਰਗਲ ਕਾਫੀ ਕਰਨੀ ਪਈ? ਨਾ ਬਿਲਕੁਲ ਵੀ ਨਹੀਂ, ਕਿਉਂਕਿ ਮੈਂ ਤਾਂ ਮਿੱਥਿਆ ਹੀ ਨਹੀਂ ਸੀ, ਮੈਂ ਤਾਂ ਸੋਚਿਆ ਹੀ ਨਹੀਂ ਸੀ। ਅੱਛਾ, ਮੈਂ ਨਾਟਕ ਕਰਦੀ ਸੀ, ਥੀਏਟਰ ਕਰਦੀ ਸੀਗੀ। ਉਹ ਨਾਟਕ ਤਾਂ ਹੁਣ ਵੀ ਕਰਦੇ ਹੋ ਤੁਸੀਂ? ਨਹੀਂ, ਨਾਟਕ ਤੇ ਹਰ ਬੰਦਾ ਹੀ ਕਰਦਾ, ਕੋਈ ਮੰਨੇ ਚਾਹੇ ਨਾ ਮੰਨੇ। ਨਹੀਂ ਨਹੀਂ, ਮੈਂ ਤਾਂ ਦੂਸਰੇ ਜਿਹੜੇ ਕੈਨੇਡਾ ਕਰਨ ਆਏ ਸੀ ਉਹਦੀ ਗੱਲ ਕਰਦਾ ਜੀ। ਉਹ ਉਦੋਂ ਆਏ ਸੀ ਕਰਨ ਲਈ। ਹਾਂਜੀ ਹਾਂ, ਉਹਨਾਂ ਦੀ ਗੱਲ ਕਰ। ਅਸੀਂ ਆਸਟ੍ਰੇਲੀਆ ਵੀ ਗਏ ਸੀ। ਹਾਂਜੀ ਹਾਂ, ਪਰ ਉਸ ਤੋਂ ਬਾਅਦ ਮੈਂ ਜ਼ਿਆਦਾ ਹੁਣ ਫਿਲਮਾਂ ਵਾਲੀ ਕਨਸੈਂਟਰੇਟ ਕਰ ਰਹੀ, ਕਿਉਂਕਿ ਲਗਾਤਾਰ ਦੋ ਦੇਸ਼ਾਂ ਦੇ ਵਿੱਚ ਨਾਟਕਾਂ ਦੇ ਹੀ ਹੋ ਗਏ ਸੀ ਸ਼ੋਅ, ਤਾਂ ਕਾਫੀ ਜ਼ਿਆਦਾ ਫਿਲਮਾਂ ਨੇ ਥੀਏਟਰ ਨਾਲ ਜੁੜੇ ਹੋਏ ਸੀ ਤੁਸੀਂ? ਹਾਂਜੀ। ਅੱਛਾ, ਥੀਏਟਰ ਤੋਂ? ਥੀਏਟਰ ਦੇ ਨਾਟਕ ਕਰਦੀ ਆ ਮੈਂ, ਹੁਣ ਵੀ ਕਰਦੀ, ਉਦੋਂ ਵੀ ਕਰਦੀ ਸੀਗੀ। ਕਰਦਿਆਂ ਕਰਦਿਆਂ ਹਸ਼ਰ ਫਿਲਮ ਦੇ ਲਈ ਆਫਰ ਆ ਗਈ, ਅਸੀਂ ਤਾਂ ਡਾਇਰੈਕਟਰ ਸਾਹਿਬ ਨੂੰ ਮਿਲਣ ਹੀ ਗਏ ਸੀ, ਗੌਰਵ ਤਰੇਨ ਜੀ ਨੂੰ, ਤੇ ਉਹਨਾਂ ਨੂੰ ਵੀ ਮੈਂ ਬੜੀ ਪਿਆਰੀ ਲੱਗੀ, ਉਹ ਆਪ ਵੀ ਬੜੇ ਪਿਆਰੇ ਨੇ ਵੈਸੇ। ਅੱਛਾ, ਤੇ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਕਿਉਂ ਪਿਆਰੇ ਲੱਗੇ ਜੀ? ਉਹ ਕਹਿੰਦੇ ਜੀ ਤੁਸੀਂ ਚਾਚੀ ਬਣ ਜਾਓ ਬੱਬੂ ਮਾਨ ਦੀ। ਅੱਛਾ ਜੀ, ਤੇ ਮੈਂ ਕਿਹਾ ਕੋਈ ਗੱਲ ਨਹੀਂ ਬਣ ਜਾਂਦੇ। ਅੱਛਾ ਜੀ, ਮੈਂ ਚਾਚੀ ਬਣ ਗਈ, ਮੇਰੇ ਘਰ ਵਾਲੇ ਉਹਨਾਂ ਨੇ ਚਾਚਾ ਬਣਾ ਲਿਆ। ਅੱਛਾ ਜੀ, ਜ਼ਿਆਦਾ ਵਧੀਆ ਸੀ ਕਿ ਹੋਰ ਨੂੰ ਬਣਾਉਂਦੇ, ਪਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਉਹ ਵੀ ਐਕਟਿੰਗ ਦੇ ਖੇਤਰ ਵਿੱਚ ਨੇ? ਹਾਂ। ਉਹਨਾਂ ਦਾ ਕੀ ਨਾਮ ਹੈ ਜੀ? ਉਹਨਾਂ ਦਾ ਨਾਮ ਹਰਦੀਪ ਗਿੱਲ ਆ। ਅੱਛਾ ਜੀ, ਮੈਨੂੰ ਇੰਜ ਹੀ ਲੱਗ ਰਿਹਾ ਵੀ ਇਹੀ ਨਾਮ ਹੈ ਸ਼ਾਇਦ, ਇਹੀ ਆ। ਅੱਛਾ ਜੀ, ਤੇ ਫਿਰ ਉਸ ਤੋਂ ਬਾਅਦ ਉਹ ਕੰਮ ਦੇਖਣ ਤੋਂ ਬਾਅਦ ਹੀ ਅਗਲੀ ਫਿਲਮ ਸਾਈਨ ਹੋ ਗਈ ਸੀ ਜਾਂ ਚਲਦਿਆਂ ਚਲਦਿਆਂ ਕੰਮ ਹੋ ਗਿਆ? ਨਹੀਂ, ਕੁਛ ਵੀ ਨਹੀਂ ਹੋਇਆ। ਮੈਂ ਤਾਂ ਸੋਚਿਆ ਸੀ ਵੀ ਹੁਣ ਫਿਲਮਾਂ ਦੇ ਢੇਰ ਲੱਗ ਜਾਣੇ, ਹੁਣ ਤੇ ਮਤਲਬ ਗੱਲਾਂ ਹੀ ਗਾਂਦੀਆਂ ਹੋ ਜਾਣੀਆਂ, ਹੈ ਨਾ? ਨਹੀਂ ਹੋਈਆਂ, ਕੁਛ ਵੀ ਨਹੀਂ ਹੋਇਆ। ਸੱਚੀ ਨਹੀਂ ਕੁਛ ਹੋਇਆ? ਸਾਲ ਡੇਢ ਸਾਲ ਲੰਘ ਗਿਆ, ਕੁਝ ਵੀ ਨਹੀਂ ਹੋਇਆ। ਫਿਰ ਜੱਟ ਐਂਡ ਜੂਲੀਅਟ ਬਣਨੀ ਸੀਗੀ, ਤੇ ਜੱਟ ਐਂਡ ਜੂਲੀਅਟ ਤੇ ਵਾਕ ਵੀ ਕਰਕੇ ਮਿਲੀ। ਅੱਛਾ, ਉਹ ਅਨੁਰਾਗ ਨੇ ਬਣਾਉਣੀ ਸੀ, ਅਨੁਰਾਗ ਦੀ ਵਾਈਫ ਹੈ ਨਾ ਸਰਗੀ। ਹਾਂਜੀ ਹਾਂ, ਉਹ ਉਹਨਾਂ ਨੇ ਮੇਰਾ ਕੰਮ ਦੇਖਿਆ ਸੀ, ਅਸੀਂ ਇਕੱਠੇ ਇੱਕ ਸੀਰੀਅਲ ਕਰਦੇ ਹੁੰਦੇ ਸੀ ਲੋਰੀ। ਅੱਛਾ, ਜਿਹੜਾ ਸਰਗੀ ਦੇ ਮਦਰ ਭਾਬੀ ਜੀ ਨਾ ਤਜਿੰਦਰ, ਉਹ ਲਿਖਦੇ ਹੁੰਦੇ ਸੀ। ਅੱਛਾ ਜੀ, ਤਾਂ ਉਹਦੇ ਚ ਮੈਂ ਰੋਲ ਕੀਤਾ ਸੀਗਾ। ਅੱਛਾ ਜੀ, ਅਨੁਰਾਗ ਨੇ ਕਿਤੇ ਉਹਨੂੰ ਪੁੱਛਿਆ, ਨਹੀਂ ਅਨੁਰਾਗ ਨੇ ਪੁੱਛਿਆ ਬਈ ਇੱਕ ਇਹੋ ਜਿਹੀ ਮਦਰ ਚਾਹੀਦੀ ਜਿਹੜੀ ਨਾ ਚੁਲਬਲੀ ਹੋਵੇ ਥੋੜੀ ਜਿਹੀ, ਤੇ ਬੜੀ ਪਿਆਰ ਜਿਹਾ, ਮਤਲਬ ਉਹਦੇ ਚਿਹਰੇ ਤੇ ਜਿਵੇਂ ਮੇਰੇ ਡੁੱਲ ਡੁੱਲ ਕੇ ਵਹਿੰਦਾ ਪਿਆਰ, ਚਾਹੇ ਬਾਲਟੀਆਂ ਭਰ ਲਓ, ਹੈ ਨਾ। ਤੇ ਉਹ ਫਿਰ ਤੁਹਾਨੂੰ ਪਤਾ, ਫਿਰ ਜਦੋਂ ਇੱਕ ਐਸੀ ਮਦਰ ਦੀ ਲੋੜ ਪਈ ਪੰਜਾਬੀ ਸਿਨੇਮੇ ਨੂੰ, ਤੇ ਫਿਰ ਇੱਕੋ ਹੀ ਮਦਰ ਆ, ਬਸ ਮਾਣ ਹੀ ਨਹੀਂ ਕੀਤਾ ਕਦੀ। ਬਸ ਫਿਰ ਮੈਨੂੰ ਉਹਨਾਂ ਨੇ ਕਾਲ ਕਰ ਲਿਆ, ਤੇ ਜਦੋਂ ਮੈਂ ਰੋਲ ਕੀਤਾ ਤੇ ਉਹਨਾਂ ਨੂੰ ਵਧੀਆ ਲੱਗਾ। ਮੈਂ ਪਹਿਲੀ ਵਾਰੀ ਅਨੁਰਾਗ ਨਾਲ ਕੰਮ ਕੀਤਾ ਸੀ, ਸਾਰਿਆਂ ਨੂੰ ਵੀ ਵਧੀਆ ਲੱਗਾ, ਤੁਹਾਨੂੰ ਵੀ ਵਧੀਆ ਲੱਗਾ। ਫਿਲਮ ਤੁਸੀਂ ਸੁਪਰ ਡੁਪਰ ਹਿੱਟ ਕਰਤੀ ਜੀ, ਨਾਲ ਹੀ ਫਿਰ ਮੈਂ ਵੀ ਸੁਪਰ ਡੁਪਰ ਹਿੱਟ ਹੋ ਗਈ। ਅੱਛਾ, ਉਸ ਫਿਲਮ ਤੋਂ ਬਾਅਦ ਤਾਂ ਫਿਰ ਢੇਰ ਲੱਗੇ ਜੀ? ਨਹੀਂ ਲੱਗੇ, ਫਿਰ ਵੀ ਨਹੀਂ ਲੱਗੇ। ਇਹ ਦੱਸੋ ਜੀ ਫਿਰ ਕੀ ਹੋਇਆ? ਫਿਰ ਮਤਲਬ ਨਾ ਮੈਨੂੰ ਫਿਰ ਲੱਗਦਾ ਸੀ ਢੇਰ ਲੱਗਣਗੇ, ਪਰ ਫਿਰ ਮਤਲਬ ਇੱਕਾ ਦੁੱਕਾ ਜੀਆਂ ਕਾਲਸ ਆਉਣ ਲੱਗੀਆਂ, ਤੇ ਮੈਨੂੰ ਲੱਗਾ ਕਿ ਮੈਂ ਹੁਣ ਜ਼ਿਆਦਾ ਪੈਸੇ ਮੰਗਾਂ ਵੀ ਮੈਂ ਫਿਲਮ ਹਿੱਟ ਫਿਲਮ ਦਿੱਤੀ ਹੈ ਨਾ, ਤਾਂ ਉਹ ਤਾਂ ਕੋਈ ਦਿੰਦਾ ਹੀ ਨਹੀਂ ਪੈਸੇ। ਪਰ ਫਿਰ ਮੈਂ ਸੋਚਿਆ ਚਲੋ ਫਿਲਮਾਂ ਤਾਂ ਕਰਦੇ, ਹੈ ਨਾ, ਹਿੱਟ ਫਿਲਮਾਂ ਤੁਸੀਂ ਲਗਾਤਾਰ ਕਰੋਗੇ, ਕੰਮ ਕਰੋਗੇ। ਫਿਰ ਮੈਂ ਦੂਸਰੀ ਵੀ ਉਹਨਾਂ ਦੀ ਜੱਟ ਐਂਡ ਜੂਲੀਅਟ 2 ਕੀਤੀ, ਜਦੋਂ 2 ਵੀ ਕੀਤੀ ਤਾਂ ਉਹ ਵੀ ਨਾ ਮਤਲਬ ਰੱਬੀ ਹਿੱਟ ਹੋ ਗਈ ਜੀ, ਫਿਲਮ ਤੇ ਹੋਈ ਮਤਲਬ ਮੈਂ ਵੀ ਹਿੱਟ ਹੋ ਗਈ। ਫਿਰ ਕਾਫੀ ਫਿਲਮਾਂ ਕੀਤੀਆਂ ਉਸ ਤੋਂ ਬਾਅਦ ਮੈਂ, ਫਿਰ ਚੱਲਦਿਆਂ 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 ਅੰਗਰੇਜ਼ ਆ ਗਏ। ਤੁਸੀਂ ਉਹਦੀ ਨਾਲ ਗੱਲ ਕਰੋ, ਸ਼ਰਮ ਆਉਂਦੀ ਹੈ।
ਉਸ ਉਹ ਮੈਨੂੰ ਅਜੇ ਤੱਕ ਵੀ ਆਉਂਦੀ ਆ ਸੀਨ ਦੇਖ ਕੇ। ਪਰ ਵੈਸੇ ਜਦੋਂ ਮੈਂ ਸੀਨ ਕਰਨ ਲੱਗੀ ਸੀ ਨਾ, ਮੈਨੂੰ ਨਹੀਂ ਸੀ ਪਤਾ, ਮੈਂ ਸੋਚਦੀ ਸੀ ਵੀ ਕਿਉਂ ਡਾਇਲੋਗ ਲਿਖਿਆ ਗਿਆ ਕਿ ਪਰੇ ਹੋ ਜਾ ਮੈਨੂੰ ਤੇਰੇ ਤੋਂ ਸੰਗ ਆਉਂਦੀ ਆ, ਮੈਂ ਸਮਝ ਨਹੀਂ ਸੀ ਲੱਗ ਰਹੀ। ਫਿਰ ਮੈਂ ਰਾਈਟਰ ਨੂੰ ਪੁੱਛਿਆ, ਤੁਸੀਂ ਇੰਨੇ ਅਨਪੋਲ ਲੱਗਦੇ ਤਾਂ ਹੈ ਨਹੀਂ, ਤੁਹਾਨੂੰ ਸਮਝ ਨਹੀਂ ਹੋਵੇ। ਨਹੀਂ ਬਸ ਐਕਚੁਅਲੀ ਮੈਂ ਬਹੁਤ ਭੋਲੀ ਆ, ਮੇਰੇ ਚਿਹਰੇ ਤੋਂ ਨਹੀਂ ਲੱਗਦਾ। ਚਿਹਰਾ ਦੇਖ ਕੇ ਅੰਦਾਜ਼ਾ ਲਾ ਸਕਦੇ ਜੀ ਅਸੀਂ ਤਾਂ। ਹਾਂ ਮੈਂ ਮਾਸੂਮ ਆ ਬਹੁਤ, ਅੰਦਰੋਂ ਬਹੁਤ ਮਾਸੂਮ ਆ ਮੈਂ। ਚਿਹਰੇ ਤੋਂ ਤਾਂ ਨਹੀਂ, ਹੁਣ ਤੁਸੀਂ ਆਪ ਮੰਨਦੇ ਹੋ। ਹਾਂ ਚਿਹਰੇ ਤੋਂ ਨਹੀਂ ਹੈਗੀ। ਮੈਨੂੰ ਲੱਗਦਾ ਸ਼ਾਇਦ ਰੱਬ ਨੇ ਦੋ ਤਰ੍ਹਾਂ ਦੇ ਨਾ ਕੰਟਰਾਸਟ ਮੇਰੇ 'ਚ, ਮਤਲਬ ਤਿੰਨ ਚਾਰ ਤਰ੍ਹਾਂ ਦੇ ਆ। ਜਿੰਨੀ ਮੈਂ ਮੁਹੱਬਤ ਕਰਨ ਵਾਲੀ ਹਾਂ ਉਹਨਾਂ ਚਿਹਰੇ ਤੋਂ ਵੀ ਨਹੀਂ ਲੱਗਦਾ। ਮੈਂ ਸਭ ਤੋਂ ਉਹਨੀ ਮੁਹੱਬਤ ਮਿਲੀ ਹੈ ਜੀ ਤੁਹਾਨੂੰ? ਕਿੱਥੋਂ? ਜਿੰਨੀ ਤੁਸੀਂ ਮੁਹੱਬਤ ਕਰਨ ਵਾਲੇ ਹੋ। ਕਿਹਦੇ ਕੋਲ? ਜਿੱਥੋਂ ਮਿਲਣੀ ਚਾਹੀਦੀ ਸੀ। ਬਹੁਤ ਮਿਲੀ, ਬਹੁਤ ਮਿਲੀ ਆ। ਵੈਰੀ ਨਾਈਸ, ਬਹੁਤ ਬਹੁਤ ਜ਼ਿਆਦਾ ਮਿਲੀ, ਕਿਉਂਕਿ ਦਰਸ਼ਕਾਂ ਦੀ ਗੱਲ ਕਰ ਰਿਹਾ ਸੀ। ਹਾਂ ਦਰਸ਼ਕਾਂ ਨੇ, ਮੈਨੂੰ ਲੱਗਦਾ ਕਿ ਜਿੰਨਾ ਸ਼ਾਇਦ ਇਹ ਮੈਨੂੰ ਪਿਆਰ ਕਰਦੇ ਨੇ ਨਾ, ਹੋਰ ਕਿਸੇ ਵੀ ਮਾਂ ਨੂੰ ਨਹੀਂ ਕਰਦੇ, ਤਾਂ ਜੇ ਇਹਨਾਂ ਨੇ ਕਿਸੇ ਨੂੰ ਕੀਤਾ ਮੇਰੇ ਕੋਲ ਬਰਦਾਸ਼ਤ ਵੀ ਨਹੀਂ ਹੋਣਾ। ਇਹ ਵੀ ਆ, ਮਤਲਬ ਮੈਂ ਇੰਨਾ ਜ਼ਿਆਦਾ ਕਰਦੀ ਹਾਂ ਪਿਆਰ ਆਪਣੇ ਸਾਰੇ ਦਰਸ਼ਕਾਂ ਨੂੰ ਕਿ ਮੈਂ ਉਹ ਪਿਆਰ ਵੰਡ ਹੀ ਨਹੀਂ ਸਕਦੀ ਕਿਸੇ ਨਾਲ ਵੀ। ਜੇ ਕੱਲ੍ਹ ਨੂੰ ਇਹਨਾਂ ਨੇ ਕਿਸੇ ਹੋਰ ਨੂੰ ਮਾਂ ਬਣਾ ਲਿਆ, ਮੈਂ ਤਾਂ ਜਿਉਂਦੇ ਜੀ ਮਰਜੂ। ਨਹੀਂ ਹਾਲੇ ਨਹੀਂ ਮਰਦੇ ਤੁਸੀਂ, ਕਿਉਂਕਿ ਮੂੰਹ ਮੰਗੀ ਮੌਤ ਕਦੀ ਆਉਂਦੀ ਨਹੀਂ। ਚਲੋ ਫਿਰ ਤਾਂ ਅੱਛੀ ਗੱਲ ਹੈ। ਇਨਸ਼ਾਅੱਲਾ ਤੁਹਾਡੀ ਉਮਰ ਬਹੁਤ ਲੰਬੀ ਹੋਵੇ, ਹਜੇ ਪੰਜਾਬੀਅਤ ਨੂੰ, ਪੰਜਾਬੀ ਫਿਲਮਾਂ ਨੂੰ, ਇੰਡਸਟਰੀ ਨੂੰ, ਸਾਨੂੰ, ਤੁਹਾਡੇ ਘਰ ਵਾਲਿਆਂ ਨੂੰ ਬਹੁਤ ਜ਼ਰੂਰਤ ਹੈ। ਸ਼ੁਕਰੀਆ, ਮਿਹਰਬਾਨੀ। ਇਹਨਾਂ ਮੁਹੱਬਤਾਂ ਕਰਕੇ ਮੈਂ ਉੱਡਦੀ ਫਿਰਦੀ ਹਾਂ, ਕੰਮ ਕਰਦੀ ਹਾਂ, ਮੈਨੂੰ ਐਨਰਜੀ ਮਿਲਦੀ ਆ ਅਤੇ ਨਿੱਤ ਨਵੀਆਂ ਫਿਲਮਾਂ ਉਹਨਾਂ ਜੱਟ ਐਂਡ ਜੂਲੀਅਟ ਤੋਂ ਬਾਅਦ ਫਿਰ ਦੱਸੋ ਜੀ। ਜੱਟ ਐਂਡ ਜੂਲੀਅਟ ਤੋਂ ਬਾਅਦ ਫਿਰ ਵਿੱਚ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ 'ਚ ਰਾਜ਼ੀ ਹੈ। ਬ੍ਰੇਕ ਤੋਂ ਬਾਅਦ ਕਰਦੇ ਹਾਂ ਜੀ ਰਾਜ਼ੀ ਆਪਾਂ। ਦੋਸਤੋ ਇਸ ਸਮੇਂ ਅਨੀਤਾ ਦੇਵਗਨ ਦੇ ਨਾਲ ਸਾਡੀ ਤੁਸੀਂ ਮੁਲਾਕਾਤ ਵੇਖ ਸੁਣ ਰਹੇ ਹੋ। ਉਮੀਦ ਨਹੀਂ, ਯਕੀਨ ਹੈ ਕਿ ਤੁਹਾਨੂੂੰ ਚੰਗੀ ਲੱਗ ਰਹੀ ਹੋਏਗੀ। ਵਾਪਸ ਆਉਂਦੇ ਹਾਂ ਮਸ਼ਹੂਰੀ ਤੋਂ ਬਾਅਦ। If you like this video, please subscribe the channel, like and share this video. ਦੋਸਤੋ ਇਸ ਵਕਤ ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਵੇਖ ਰਹੇ ਹੋ। ਉਮੀਦ ਹੈ ਕਿ ਤੁਸੀਂ ਇਸ ਵਕਤ ਪ੍ਰਾਈਮ ਏਸ਼ੀਆ ਦੇ ਨਾਲ ਜੁੜ ਬੈਠੇ ਹੋਵੋਗੇ। ਆਓ ਇੱਕ ਵਾਰੀ ਤੁਹਾਨੂੰ ਜੀਆਂ ਨੂੰ ਆਖਦੇ ਹੋਏ ਅਨੀਤਾ ਦੇਵਗਨ ਦੇ ਨਾਲ ਸਾਡੀ ਅੱਜ ਦੀ ਇਸ ਮੁਲਾਕਾਤ ਨੂੰ ਹੋਰ ਅੱਗੇ ਵਧਾਈਏ। ਜੱਟ ਐਂਡ ਜੂਲੀਅਟ 2 ਤੋਂ ਬਾਅਦ ਦੀ ਗੱਲ ਕਰ ਰਹੇ ਸੀ ਜੀ। ਹਾਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਮੈਂ, ਉਹ ਹੁਣ ਮਤਲਬ ਲਗਾਤਾਰ ਇੰਜ ਨਹੀਂ ਮੈਨੂੰ ਯਾਦ ਕਿ ਪਹਿਲਾਂ ਕਿਹੜੀ ਕੀਤੀ, ਬਾਅਦ 'ਚ ਕਿਹੜੀ ਕੀਤੀ। ਪਰ ਜਿਵੇਂ ਫੇਰ ਮਾਮਲਾ ਗੜਬੜ ਗੜਬੜ ਜੀ, ਮੁੰਡਿਆਂ ਤੋਂ ਬਚ ਕੇ ਰਹੀ, ਨਾਬਰ, ਪ੍ਰੋਪਰ ਪਟੋਲਾ, ਕੰਟਰੋਲ ਭਾਜੀ ਕੰਟਰੋਲ, ਹੋਰ ਵੀ ਦੋ ਤਿੰਨ ਕੀਤੀਆਂ ਹੋਣਗੀਆਂ ਇਸ ਸਮੇਂ ਦੇ ਦੌਰਾਨ। ਤੇ ਉਹਨਾਂ ਦੇ ਵਿੱਚ ਕਰੈਕਟਰ ਥੋੜੇ ਅਲੱਗ ਤਰ੍ਹਾਂ ਦੇ ਜਿਹੜੇ ਮੈਂ ਕੀਤੇ, ਜਿਵੇਂ ਪ੍ਰੋਪਰ ਪਟੋਲਾ ਜੇ ਤੁਸੀਂ ਦੇਖੀ ਹੋਵੇ ਤਾਂ ਉਹਦੇ 'ਚ ਮੇਰਾ ਹੈਗਾ ਥੋੜੀ ਜਿਹੀ ਮੈਂਟਲੀ ਰਿਟਾਇਰਡ ਲੇਡੀ ਦਾ ਕਰੈਕਟਰ ਹੈਗਾ, ਤਾਂ ਉਹ ਅਪਸੈਟ ਹੁੰਦੀ ਉਹਨੂੰ, ਮਤਲਬ ਸਮਝ ਨਹੀਂ ਹੁੰਦੀ, ਤਾਂ ਉਹ ਨੀਰੂ ਬਾਜਵਾ ਹੁਣਾਂ ਦੇ ਨਾਲ ਸੀਗਾ ਮੇਰਾ, ਅਤੇ ਉਹ ਮੈਨੂੰ ਬਹੁਤ ਪਸੰਦ ਆਪਣਾ ਉਹ ਕਰੈਕਟਰ। ਫਿਲਮ ਜ਼ਿਆਦਾ ਨਹੀਂ ਚੱਲੀ ਇਸ ਕਰਕੇ ਉਹਦਾ ਚਰਚਾ ਨਹੀਂ ਹੋਇਆ, ਮੇਰੇ ਉਸ ਰੋਲ ਦਾ ਵੀ ਚਰਚਾ ਨਹੀਂ ਹੋਇਆ, ਪਰ ਮੇਰੇ ਬਹੁਤ ਪਸੰਦੀਦਾ ਕਿਰਦਾਰਾਂ ਦੇ ਵਿੱਚੋਂ ਇੱਕ, ਉਹ ਬੜਾ ਹਟ ਕੇ ਮੈਂ ਰੋਲ ਕੀਤਾ ਸੀਗਾ ਵੀ ਉਹਦੇ 'ਚ ਦਰਸ਼ਕ ਬਹੁਤ ਇੰਜੋਏ ਕਰਦੇ ਆ, ਅਤੇ ਬਟ ਉਸ ਤਰ੍ਹਾਂ ਦੀ ਮਤਲਬ ਪਿਆਰ ਮੁਹੱਬਤ ਕਰਨ ਵਾਲੀ ਮਾਂ ਨਹੀਂ ਦਿਸਦੀ ਕਿਉਂਕਿ ਥੋੜ੍ਹੀ ਮੈਂਟਲੀ ਅਪਸੈਟ ਲੇਡੀ ਸੀਗੀ, ਬਟ ਉਹ ਜਿੰਨਾ ਕੁ ਵੀ ਮੈਂ ਜਿਸ ਤਰ੍ਹਾਂ ਵੀ ਉਹਨੂੰ ਕੀਤਾ ਸਾਰਿਆਂ ਨੂੰ, ਉਹ ਬੜਾ ਅੱਛਾ ਲੱਗਦਾ ਮੈਨੂੰ। ਅਨੀਤਾ ਦਾ ਨਾਮ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਹੈ, ਕੋਈ ਛੋਟਾ ਨਾਂ ਨਹੀਂ। ਬਹੁਤ ਕੰਮ ਤੁਸੀਂ ਦਰਜਣ ਤੋਂ ਵੱਧ ਫਿਲਮਾਂ ਕਰ ਲਈਆਂ ਨੇ, ਹੁਣ ਜਿਹੜਾ ਰੋਲ ਤੁਸੀਂ ਚਾਹੁੰਦੇ ਹੁੰਦੇ ਹੋ ਉਸ ਤਰ੍ਹਾਂ ਦਾ ਰੋਲ ਤੁਹਾਨੂੰ ਮਿਲਣ ਲੱਗ ਪਿਆ ਜਾਂ ਹਾਲੇ ਵੀ ਤੁਸੀਂ ਡਾਇਰੈਕਟਰ ਪ੍ਰੋਡਿਊਸਰ ਦੀ ਰਹਿਮਤ ਹੀ ਹੁੰਦੇ ਹੋ? ਨਹੀਂ, ਹੁਣ ਮੈਨੂੰ ਲੱਗਦਾ ਕਿ ਅੰਗਰੇਜ਼ ਅਤੇ ਬੰਬੂ ਕੱਟ ਤੋਂ ਬਾਅਦ ਸਥਿਤੀ ਬਹੁਤ ਬਦਲ ਗਈ। ਜਿਵੇਂ ਮੈਂ ਰੱਬ ਦਾ ਰੇਡੀਓ ਕੀਤੀ ਆ, ਹੈ ਨਾ, ਵਧੀਆ ਫਿਲਮ ਹੈ, ਤਾਂ ਰੱਬ ਦਾ ਰੇਡੀਓ ਬਹੁਤ ਅੱਛੀ ਫਿਲਮ ਹੈ ਔਰ ਮੇਰਾ ਕਿਰਦਾਰ ਜਿਹੜਾ ਵਾ ਉਹ ਦੱਸਣ ਦੀ ਜ਼ਰੂਰਤ ਨਹੀਂ। ਯੈਸ, ਤਾਂ ਉਹ ਰੋਲ ਮੇਰੇ ਲਈ ਲਿਖਿਆ ਗਿਆ। ਅੱਛਾ, ਹੁਣ ਰੋਲ ਲਿਖੇ ਜਾ ਰਹੇ? ਲਿਖਿਆ ਗਿਆ, ਔਰ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਨੂੰ ਜਸ ਗਰੇਵਾਲ ਹੁਣਾਂ ਨੇ ਕਿਹਾ ਕਿ ਮੈਡਮ ਅਸੀਂ ਚਾਹੁੰਦੇ ਕਿ ਇਹ ਰੋਲ ਤੁਸੀਂ ਕਰੋ। ਅਤੇ ਜਦੋਂ ਉਹ ਫਿਲਮ ਕੰਪਲੀਟ ਹੋ ਗਈ, ਉਹਨਾਂ ਦਿਨਾਂ ਦੇ ਵਿੱਚ ਮੇਰੀ ਫਿਲਮ ਨਿੱਕਾ ਜੈਲਦਾਰ 2 ਦੀ ਸ਼ੂਟਿੰਗ ਚੱਲਦੀ ਪਈ ਸੀ, ਅਤੇ ਜਸ ਜੀ ਉੱਥੇ ਆਏ, ਉਹਨਾਂ ਨੇ ਇੱਕ ਲਾਈਨ ਕਹੀ ਸਾਰਿਆਂ ਦੇ ਵਿੱਚ ਖਲੋਤਿਆ ਮੈਨੂੰ ਕਿ ਮੈਡਮ
ਰੱਬ ਦਾ ਰੇਡੀਓ ਫਿਲਮ ਮੇਰੀ ਉਹ ਫਿਲਮ ਸੀ ਜਿਹੜੀ ਮੇਰੀ ਮਤਲਬ ਵੱਡੇ ਸੁਪਨਾ ਸੀਗਾ ਕਿ ਇਹ ਫਿਲਮ ਬਣੇ ਤੇ ਤੁਸੀਂ ਉਸ ਫਿਲਮ ਦੇ ਵਿੱਚ ਬਹੁਤ ਖੂਬਸੂਰਤ ਕਿਰਦਾਰ ਕੀਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤਦ ਮੈਨੂੰ ਲੱਗਾ ਕਿ ਜੇ ਮੈਂ ਕਿਸੇ ਲੇਖਕ ਦੀ ਲਿਖੀ ਹੋਈ ਫਿਲਮ ਦੇ ਵਿੱਚ ਉਹਦੇ ਮਨ ਮੇਚਦਾ ਜਿਸ ਤਰ੍ਹਾਂ ਦਾ ਉਹਨੇ ਸੋਚਿਆ ਸੀ ਉਹਦੇ ਸੁਪਨਿਆਂ ਦੇ ਹਾਣ ਦਾ ਕਿਰਦਾਰ ਕਰ ਸਕੀ ਹਾਂ ਤੇ ਨੈਚੁਰਲੀ ਫਿਰ ਇਹ ਮੇਰਾ ਵੱਡਪਣ ਆ ਮਤਲਬ ਐਵੇਂ ਥੋੜਾ ਹਾਰੀ ਸਾਰੀ ਥੋੜਾ ਕਰ ਉਹ ਤਾਂ ਨਜ਼ਰ ਆਉਂਦਾ ਜੀ ਉਹ ਨਜ਼ਰ ਆਉਂਦਾ ਦੱਸਣ ਦੀ ਲੋੜ ਨਹੀਂ ਯੈਸ ਮਤਲਬ ਮੈਂ ਡਿਸਰਵ ਕਰਦੀ ਆ ਕਿ ਮੇਰੇ ਲਈ ਇਹੋ ਜਿਹੀਆਂ ਲਾਈਨਾਂ ਬੋਲੀਆਂ ਜਾਣ ਕਿਉਂਕਿ ਮੇਰਾ ਕੰਮ ਬੋਲਦਾ ਮੇਰਾ ਕੰਮ ਅੱਛਾ ਤੁਹਾਡਾ ਕੰਮ ਤੇ ਬੋਲਣ ਲੱਗ ਪਿਆ ਇਹ ਮੈਂ ਜਦੋਂ ਤੁਹਾਡੀ ਇੰਟਰੋ ਦੇ ਰਿਹਾ ਸੀ ਮੈਂ ਉਦੋਂ ਹੀ ਜ਼ਿਕਰ ਕੀਤਾ ਸੀ ਇਹਨਾਂ ਸ਼ਤਰਾਂ ਦਾ ਹੁਣ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਜਦੋਂ ਇਨਸਾਨ ਦਾ ਕੰਮ ਬੋਲਣ ਲੱਗ ਜਾਏ ਉਸ ਤੇ ਰੋਲ ਲਿਖੇ ਉਸ ਦੇ ਮੁਤਾਬਕ ਮਿਲਣ ਲੱਗ ਪੈਣ ਨਾ ਤੇ ਬਹੁਤ ਹੈ ਕਿ ਨਾਵਾਂ ਵੀ ਉਸ ਮੁਤਾਬਕ ਮਿਲਣ ਲੱਗ ਪਿਆ ਹਾਂਜੀ ਮੈਨੂੰ ਆਵਾਜ਼ ਨਹੀਂ ਆ ਰਹੀ ਥੋੜਾ ਜਿਹਾ ਪਲੀਜ਼ ਉੱਚੀ ਬੋਲੋਗੇ ਨਹੀਂ ਤੁਹਾਡੇ ਫਾਇਦੇ ਦੀ ਜੀਐਸਟੀ ਲਾਗੂ ਹੋ ਗਈ ਜੀ ਇੰਡੀਆ ਦੇ ਵਿੱਚ ਹਾਂਜੀ ਹਾਂਜੀ ਟੈਕਸ ਟੁਕਸ ਬੜੇ ਪੈਂਦੇ ਸੀ ਕਲਾਕਾਰਾਂ ਨੂੰ ਪਲੀਜ਼ ਇਹੋ ਜਿਹੇ ਸਵਾਲ ਨਹੀਂ ਪੁੱਛਣੇ ਇਹ ਤੁਹਾਡੇ ਫਾਇਦੇ ਦਾ ਸਵਾਲ ਹੈ ਜੀ ਨਹੀਂ ਨੈਚੁਰਲੀ ਥੋੜਾ ਜਿਹਾ ਫਰਕ ਤੇ ਪੈਂਦਾ ਹੀ ਆ ਉਹਦੇ ਨਾਲ ਨਾ ਜਦੋਂ ਤੁਸੀਂ ਡਿਮਾਂਡ ਚ ਆ ਜਾਂਦੇ ਹੋ ਨਾ ਜੇ ਹੁਣ ਮਤਲਬ ਜਿੱਥੇ ਮੈਨੂੰ ਲੱਗਦਾ ਕਿ ਇੰਟਰਵਿਊ ਇਸ ਤੋਂ ਵਧੀਆ ਹੋਰ ਕੋਈ ਨਹੀਂ ਕਰ ਸਕਦਾ ਤੁਸੀਂ ਵਧੀਆ ਸਵਾਲ ਪੁੱਛ ਸਕਦੇ ਹੋ ਤੇ ਮਤਲਬ ਤੁਸੀਂ ਡਿਮਾਂਡ ਚੋਂ ਜੀ ਹੈਨਾ ਤੇ ਉੱਥੇ ਫਿਰ ਤੁਸੀਂ ਆਪਣੇ ਹਿਸਾਬ ਨਾਲ ਪੈਸੇ ਵੀ ਮੰਗਦੇ ਹੋਵੋਗੇ ਚੈਨਲ ਵਾਲਿਆਂ ਕੋਲੋਂ ਨਾ ਮੈਨੂੰ ਇਹ ਦੱਸ ਵੀ ਤੇਰੀ ਮੇਰੀ ਕਮਾਈ ਤੇ ਬੜੀ ਆਖਿਆ ਆਪਣੀ ਕਮਾਈ ਦੱਸ ਪਹਿਲਾਂ ਆਪਣੀ ਤਾਂ ਨਜ਼ਾਰੇ ਲੈਂਦੇ ਆ ਜੀ ਹਾਂ ਬਸ ਇੱਧਰ ਵੀ ਨਜ਼ਾਰੇ ਹੀ ਆ ਜਦੋਂ ਅਨੀਤਾ ਦੇਵਗਨ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੈਂ ਕਦੀ ਸੋਚਿਆ ਨਹੀਂ ਸੀ ਨਾਟਕ ਕਰਦੀ ਸੀ ਥੀਏਟਰ ਕਰਦੀ ਸੀ ਇਹ ਫਿਲਮਾਂ ਵੱਲ ਨੂੰ ਸਬੱਬ ਕਿਵੇਂ ਬਣਿਆ ਸੀ ਕੋਈ ਕਿਉਂਕਿ ਤੁਸੀਂ ਦੱਸਿਆ ਕਦੇ ਜਦੋਂ ਛੋਟੇ ਹੁੰਦੇ ਸੀ ਫਿਲਮ ਕਦੇ ਵੇਖੀ ਹੋਣੀ ਹੈ ਕਦੇ ਉਦੋਂ ਵੀ ਸੁਪਨਾ ਸੰਜੋਇਆ ਸੀ ਇਹ ਜਿਹਾ ਕਿ ਨਹੀਂ ਹਾਏ ਨਹੀਂ ਸੀ ਸੰਜੋਇਆ ਪਰ ਨਾ ਕੁਝ ਚੀਜ਼ਾਂ ਕੁਦਰਤੀ ਹੁੰਦੀਆਂ ਮੈਂ ਤੈਨੂੰ ਦੱਸਦੀ ਹਾਂ ਅਸੀਂ ਨਾ ਪਿੰਡ ਰਹਿੰਦੇ ਹੁੰਦੇ ਸੀ ਮੇਰਾ ਪਿੰਡ ਹੈ ਚੀਚਾ ਭਕਣੇ ਦੇ ਕੋਲ ਬਾਬਾ ਸੋਹਣ ਸਿੰਘ ਭਕਣੇ ਦਾ ਪਿੰਡ ਜਿਹੜਾ ਉਹਨਾਂ ਦੇ ਨਾਮੀ ਗ੍ਰਾਮੀ ਸਤਕਾਰ ਨਾਲ ਅਸੀਂ ਆਦਬ ਨਾਲ ਉਹਨਾਂ ਦਾ ਹਮੇਸ਼ਾ ਨਾਂ ਲੈਂਦੇ ਹਾਂ ਤੇ ਉਹ ਪਿੰਡ ਜਿਹੜਾ ਨਾ ਉਹਦੇ ਵਿੱਚ ਇੱਕ ਜਗ੍ਹਾ ਸੀਗੀ ਬਿਲਕੁਲ ਪਿੰਡ ਦੇ ਸੈਂਟਰ 'ਚ ਥੋੜ੍ਹੀ ਜਿਹੀ ਖਾਲੀ ਜਗ੍ਹਾ ਉਹ ਵਰਿਆਂ ਤੋਂ ਉਂਝ ਹੀ ਖਾਲੀ ਪਈ ਅੱਜ ਵੀ ਪਈ ਉਸੇ ਤਰ੍ਹਾਂ ਉਸ ਜਗ੍ਹਾ ਦਾ ਨਾਮ ਬਾਜ਼ਾਰ ਆ ਅੱਛਾ ਜੀ ਉੱਥੇ ਕੋਈ ਦੁਕਾਨ ਨਹੀਂ ਬਾਜ਼ਾਰ ਕਿਉਂ ਕਹਿੰਦੇ ਆ ਮੈਨੂੰ ਵੀ ਸਮਝ ਨਹੀਂ ਲੱਗੀ ਸ਼ਾਇਦ ਹੋ ਸਕਦਾ ਪੁਰਾਣੇ ਵੇਲੇਆਂ 'ਚ ਕੋਈ ਬਾਜ਼ਾਰ ਹੋਵੇ ਉੱਥੇ ਉਹਨੂੰ ਬਾਜ਼ਾਰ ਕਿਹਾ ਜਾਂਦਾ ਅੱਛਾ ਜੀ ਤੇ ਅਸੀਂ ਸ਼ਾਮ ਨੂੰ ਨਾ ਮਤਲਬ ਮੇਰੇ ਹਾਣ ਪਰਵਾਨ ਮੇਰੇ ਤੋਂ ਛੋਟੇ ਜਿਹੜੇ ਬੱਚੇ ਹੁੰਦੇ ਸੀ ਮੈਂ ਤੇ ਮੇਰੀ ਇੱਕ ਕਜ਼ਨ ਮੇਰੀ ਸਿਸਟਰ ਛੋਟੀ ਅਸੀਂ ਨਾ ਉਹ ਸਾਰਿਆਂ ਨਿਆਣਿਆਂ ਨੂੰ ਇਕੱਠਿਆਂ ਕਰਨਾ ਉਹ ਇੱਕ ਨਾਲੀ ਹੁੰਦੀ ਸੀ ਉਹਦੇ ਖੰਡੇ ਦੇ ਉੱਤੇ ਸਾਰਿਆਂ ਨੂੰ ਬਿਠਾਉਣਾ ਮੈਂ ਉਹਦੇ 'ਚ ਹਿੰਮਾ ਮਾਲਣੀ ਬਣਦੀ ਹੁੰਦੀ ਸੀ ਉਹਨੇ ਰਾਤ ਨੂੰ ਜਿਹੜਾ ਜਿਹੜਾ ਪ੍ਰੋਗਰਾਮ ਆਇਆ ਹੁੰਦਾ ਸੀ ਨਾ ਉਹ ਸਾਨੂੰ ਸਾਰਾ ਅਗਲੇ ਦਿਨ ਨਾ ਉਹ ਉਸੇ ਤਰ੍ਹਾਂ ਪੇਸ਼ ਕਰਦੀ ਸੀ ਦੱਸਣਾ ਨੀ ਪੇਸ਼ ਕਰਨਾ ਉਂਝ ਫਿਰ ਅਸੀਂ ਉਹਨੂੰ ਕਾਪੀ ਕਰਨਾ ਜਿਵੇਂ ਚਿੱਤਰਹਾਰ ਜਿਹੜਾ ਆਇਆ ਉਹਦੇ 'ਚ ਰਾਤੀ ਜਿਹੜਾ ਗੀਤ ਚੱਲਿਆ ਫਿਰ ਉਹਨੇ ਸਾਨੂੰ ਉਹ ਗਾ ਕੇ ਤੇ ਸੁਣਾਉਣਾ ਫਿਰ ਅਸੀਂ ਆਪਣੇ ਹਿਸਾਬ ਨਾਲ ਉਹਦੀ ਕੋਰੀਓਗ੍ਰਾਫੀ ਕਰਨੀ ਫਿਰ ਅਸੀਂ ਸ਼ਾਮ ਨੂੰ ਉਹਨੂੰ ਪੇਸ਼ ਕਰਨਾ ਉਹਨਾਂ ਸਾਰੇ ਬੱਚਿਆਂ ਦੇ ਸਾਹਮਣੇ ਤੇ ਮਤਲਬ ਉਦੋਂ ਇਹੋ ਜਿਹਾ ਮਾਹੌਲ ਹੁੰਦਾ ਸੀ ਕਿ ਇੱਕ ਵਾਰੀ ਰਮਾਇਣ ਦੇ ਨਾਮ ਦੇ ਉੱਤੇ ਸ਼ਾਇਦ ਕੋਈ ਹਿੰਦੀ ਫਿਲਮ ਸੀਗੀ ਜਿਹੜੀ ਆ ਰਹੀ ਸੀ ਤੇ ਮੇਰੇ ਮਦਰ ਨੇ ਕਿਹਾ ਮੇਰੇ ਪਾਪਾ ਨੂੰ ਵੀ ਇਹਨਾਂ ਨੂੰ ਵੇਖਣ ਜਾ ਲੈਣ ਦਈਏ ਉਹ ਵਾਲੀ ਫਿਲਮ ਵੀ ਧਾਰਮਿਕ ਆ ਚਲੋ ਬੱਚੇ ਕੁਝ ਸਿੱਖਣਗੇ ਕਿਉਂਕਿ ਮੈਂ ਬਾਹਮਣਾਂ ਦੇ ਘਰੋਂ ਆ ਜੀ ਜੀ ਸਾਡੀ ਕਲਾਸ ਲੱਗੀ ਸੀ ਜ਼ਬਰਦਸਤ ਤੇ ਸਾਨੂੰ ਉਹ ਫਿਲਮ ਨਹੀਂ ਸੀ ਵੇਖਣ ਜਾਣ ਦਿੱਤੀ ਅੱਛਾ ਜੀ ਹਾਂ ਮੈਂ ਟੀਵੀ ਪਤਾ ਕਿਵੇਂ ਵੇਖਦੀ ਹੁੰਦੀ ਸੀ ਸ਼ਾਮ ਨੂੰ ਨਾ ਸਭ ਤੋਂ ਵੱਧ ਕੇ ਮੈਨੂੰ ਵਧੀਆ ਲੱਗਦਾ ਹੁੰਦਾ ਸੀ ਇੱਕ ਪ੍ਰੋਗਰਾਮ ਪਾਕਿਸਤਾਨ ਤੋਂ ਆਉਂਦਾ ਸੀ ਐਲਫ ਲੈਲਾ ਕਿਉਂਕਿ ਮੇਰਾ ਪਿੰਡ ਬਾਰਡਰ ਤੇ ਬਿਲਕੁਲ ਉਹ ਚੱਲ ਪੈਂਦੇ ਪਾਕਿਸਤਾਨ ਫੜ ਲੈਂਦੇ ਜਲੰਧਰ ਜਿੰਨਾ ਕਲੀਅਰ ਦਿਸਦਾ ਹੁੰਨਾ ਤੇ ਉਹਦੇ 'ਚ ਨਾ ਉਹ ਕਲੀਨ ਦੇ ਉੱਤੇ ਬੈਠ ਕੇ ਜਿੰਨ ਜੁੰਨ ਉੱਡਦੇ ਭਰੀਆਂ ਆਉਂਦੀਆਂ ਤੇ ਉਹ ਮੈਨੂੰ ਬੜਾ ਵਧੀਆ ਲੱਗਦਾ ਸੀ ਮੈਂ ਉਦੋਂ 8ਵੀਂ 9ਵੀਂ 7ਵੀਂ 8ਵੀਂ 'ਚ ਪੜ੍ਹਦੀ ਸੀ ਜੀ ਜੀ ਉਹ ਸਾਡਾ ਘਰ ਜਿਹੜਾ ਨਾ ਉਸ ਤੋਂ ਥੋੜੇ ਘਰ ਅੱਗੇ ਉਹ ਘਰ ਸੀ ਜਿੱਥੇ ਟੀਵੀ ਸੀ ਤੇ ਉਹਨਾਂ ਤੋਂ ਥੋੜੇ ਘਰ ਅੱਗੇ ਉਹ ਸੀ ਘਰ ਜਿੱਥੋਂ ਅਸੀਂ ਦੁੱਧ ਲੈ ਕੇ ਆਉਂਦੇ ਸੀ ਸ਼ਾਮ ਨੂੰ ਤੇ ਮੇਰੀ ਤੇ ਮੇਰੀ ਭੈਣ ਦੀ ਡਿਊਟੀ ਹੁੰਦੀ ਸੀ ਦੁੱਧ ਲੈ ਕੇ ਆਉਣਾ ਜੀ ਅੱਛਾ ਤੇ ਨਾਲ ਟੀਵੀ ਬਸ ਨਹੀਂ ਟੀਵੀ ਕਿਵੇਂ ਵੇਖਣਾ ਫਿਰ ਮਤਲਬ ਘਰੋਂ ਤੇ ਚੱਲੇ ਅਸੀਂ ਹਨਾ ਡੋਲ ਖੜਿਆ ਦੁੱਧ ਲੈਣ ਤੇ ਜਦੋਂ ਉਹ ਵਾਲਾ ਘਰ ਆ ਜਾਣਾ ਜਿੱਥੇ ਟੀਵੀ ਹੁੰਦਾ ਸੀ ਮੈਂ ਆਪਣੀ ਭੈਣ ਨੂੰ ਕਹਿਣਾ ਵੀ ਜਾਣਾ ਭੱਜ ਕੇ ਜਾ ਤੇ ਤੂੰ ਦੁੱਧ ਲੈ ਕੇ ਆ ਮੈਂ ਇੱਥੇ ਤਾਂ ਤੇਰੀ ਵੇਟ ਕਰਦੀ ਹੈ ਨਾ ਉਹਨੇ ਦੁੱਧ ਲੈ ਕੇ ਆਉਣਾ ਤੇ ਮੈਂ ਉਦੋਂ ਨੂੰ ਬੈਠ ਜਾਣਾ ਟੀਵੀ ਦੇ ਪ੍ਰੋਗਰਾਮ ਸ਼ੁਰੂ ਹੋ ਜਾਣਾ ਫਿਰ ਕਿੰਨੇ ਉੱਠਣਾ ਬਸ ਕਈ ਵਾਰੀ ਤਾਂ ਉਦੋਂ ਪਤਾ ਲੱਗਦਾ ਹੁੰਦਾ ਸੀ ਜਦੋਂ ਪਿੱਛੋਂ ਕਰਕੇ ਚਪੇੜ ਇੱਥੇ ਪਿੱਛੋਂ ਵੱਖੀ ਸਿੱਕ ਜਾਣੀ ਕਿ ਬਹੁਤ ਮਤਲਬ ਇਹ ਕੌਣ ਕਰਦਾ ਸੀ ਪਰੇਡ ਕੌਣ ਕਰਦਾ ਸੀ ਮਾਂ ਹੀ ਕਰਦੀ ਮੇਰੀ ਹੋਰ ਕਿਨੇ ਕਰਦਾ ਬਹੁਤ ਜ਼ਬਰਦਸਤ ਮਤਲਬ ਪਿੱਛੋਂ ਠਕਾ ਹੈ ਚਪੇੜ ਇਹ ਕਾਫੀ ਸਾਲ ਹੁੰਦਾ ਰਿਹਾ ਜੀ ਇਦਾਂ ਨਹੀਂ ਕਾਫੀ ਸਾਲ ਨਹੀਂ ਮਤਲਬ ਸਾਲ ਕੀ ਉਸ ਤੋਂ ਬਾਅਦ ਮੈਂ ਪਿੰਡ ਰਹੀ ਅੱਛਾ 8ਵੀਂ ਤੱਕ
ਉਹ ਛਿੱਤਰ ਮਾਰਨੋਂ ਨਹੀਂ ਹਟੇ, ਆਪਾਂ ਟੀਵੀ ਦੇਖਣੋਂ ਨਹੀਂ ਹਟੇ, ਅਸੀਂ ਕਈ ਵਾਰੀ ਝੂਠ ਬੋਲਣਾ। ਉਹ ਨਾ ਮੱਝ ਨਾ ਦੁੱਧ ਲੇਟ ਮਤਲਬ ਦਿੰਦਿਆਂ ਚੋਈ ਨਹੀਂ ਸੀ, ਚੋਈ ਨਹੀਂ ਸੀ ਤੇ ਉਹ ਪਰ ਹਰ ਰੋਜ਼ ਨਵਾਂ ਬਹਾਨਾ ਲੱਭ ਜਾਂਦਾ ਸੀ। ਜਿਆਦਾ ਨਹੀਂ ਸੀ ਲੱਭਦੇ ਕਿਉਂਕਿ ਉਦੋਂ ਬਚਪਨ ਚ ਸੀ ਨਾ ਮਾਸੂਮ। ਨਹੀਂ ਮੈਨੂੰ ਮਾਸੂਮ ਨਹੀਂ ਲੱਗਦੇ ਤੁਸੀਂ ਬਚਪਨ ਦੀ ਮਾਸੂਮ। ਨਹੀਂ ਉਦੋਂ ਦੀ ਮਾਸੂਮੀਅਤ ਜਿਹੜੀ ਨਾ ਉਹ ਪੂਰੀ ਤਰ੍ਹਾਂ ਬਾਹਰ ਨਹੀਂ ਸੀ ਨਿਕਲ ਸਕੀ, ਉਹ ਮਤਲਬ ਪਈ ਰਹਿ ਗਈ ਮੇਰੇ ਅੰਦਰ ਕਿਤੇ। ਅੱਛਾ, ਤੇ ਉਹੀ ਮਾਸੂਮੀਅਤ ਹੁਣ ਮੈਂ ਕਦੀ ਕਦੀ ਯੂਜ਼ ਕਰਦੀ ਆ। ਉਹ ਕਿਹੜੇ ਵੇਲੇ ਕਰਦੇ ਆ ਜੀ? ਜਦੋਂ ਫਿਲਮਾਂ ਦੇ ਵਿੱਚ ਕਦੀ ਇਸ ਤਰ੍ਹਾਂ ਦੇ ਸੀਨ ਆਉਂਦੇ ਨੇ ਜਾਂ ਕੁਝ ਥਾਵਾਂ ਜਿੱਥੇ ਸਿਆਣੇ ਬਣ ਕੇ ਬੈਠਣਾ ਹੁੰਦਾ, ਜਿੱਥੇ ਆਪਣੇ ਆਪ ਨੂੰ ਭੋਲੇ ਜੇ ਵਿਖਾਉਣਾ ਹੁੰਦਾ। ਤੁਸੀਂ ਕਿਹੜੀ ਫਿਲਮ 'ਚ ਭੋਲੇ ਦੇਖਦੇ ਹੋ ਜੀ? ਉਹ ਮੈਂ ਕਰ ਰਹੀ ਹੁਣ। ਅੱਛਾ, ਸੋ ਫਾਰ ਜਿੰਨੀਆਂ ਆਈਆਂ ਨੇ ਉਹਨਾਂ 'ਚ ਤਾਂ ਭੋਲਾ ਹੈ। ਨਹੀਂ ਹੁਣ ਮੈਂ ਕਿਹਾ ਨਾ ਕਿ ਹੁਣ ਫਿਲਮਾਂ ਮੇਰੇ ਹਿਸਾਬ ਨਾਲ ਲਿਖੀਆਂ ਜਾ ਰਹੀਆਂ, ਮੇਰੇ ਲਈ ਕਰੈਕਟਰ ਲਿਖੇ ਜਾ ਰਹੇ। ਜਿਹੜੀ ਤੁਸੀਂ ਹੁਣੀ ਗੱਲ ਕੀਤੀ ਹੈ, ਜਿਹੜੀ ਪਹਿਲੀਆਂ ਫਿਲਮਾਂ ਤੁਸੀਂ ਕੀਤੀਆਂ ਨੇ, ਜਦੋਂ ਤੁਸੀਂ ਫਿਲਮਾਂ ਦੇ ਵਿੱਚ ਘੁਸਪੈਠ ਕੀਤੀ ਹੈ, ਜਦੋਂ ਤੁਸੀਂ ਆਏ ਹੋ, ਤੁਹਾਡੀ ਐਂਟਰੀ ਹੋਈ? ਨਹੀਂ ਘੁਸਪੈਠ ਨਹੀਂ ਹੋਈ, ਮੈਂ ਤਾਂ ਲਾਂਚ ਹੋਈ ਹਾਂ। ਕਿਉਂਕਿ ਮੈਨੂੰ ਤਾਂ ਬੁਲਾ ਕੇ ਗੌਰਵ ਤਰੇਨ ਜੀ ਨੇ ਕਿਹਾ ਕਿ ਤੁਸੀਂ ਆਓ ਜੀ, ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਮੈਂ ਮਿਲਣ ਗਈ ਆਪਣੇ ਹਸਬੈਂਡ ਦੇ ਨਾਲ, ਉਹ ਕਹਿੰਦੇ ਤੁਸੀਂ ਮੇਰੀ ਫਿਲਮ ਕਰ ਰਹੇ ਹੋ, ਤੇ ਉਹਨਾਂ ਨੇ ਮੈਨੂੰ ਲਾਂਚ ਕੀਤਾ, ਘੁਸਪੈਠ ਨਹੀਂ ਹੋਈ। ਚਲੋ, ਉਸ ਤੋਂ ਬਾਅਦ ਜਦੋਂ ਸਰਗੀ ਨੇ ਵੀ ਅਨੁਰਾਗ ਨੂੰ ਮੇਰੇ ਬਾਰੇ ਦੱਸਿਆ, ਅਨੁਰਾਗ ਨੇ ਮੈਨੂੰ ਕਾਲ ਕੀਤਾ, ਉਹਨਾਂ ਨੇ ਵੀ ਮੈਨੂੰ ਲਾਂਚ ਕੀਤਾ। ਹਾਂ, ਫਿਰ ਉਸ ਤੋਂ ਬਾਅਦ ਸਿਲਸਿਲਾ ਚੱਲ ਪਿਆ। ਚਲੋ, ਖੈਰ ਉਹਨਾਂ ਨੇ ਲਾਂਚ ਕਰ ਦਿੱਤਾ। ਉਸ ਵਕਤ ਤੁਹਾਡੇ ਪਸੰਦੀਦੇ ਰੋਲ ਜਿਹੋ ਜਿਹਾ ਵੀ ਸੀ, ਤੁਹਾਨੂੰ ਕਰਨਾ ਪੈਂਦਾ ਸੀ? ਉਦੋਂ ਤਾਂ ਬਸ ਇਹੀ ਜੋ ਆਵੇ, ਜੋ ਉਹਨਾਂ ਨੇ ਕਿਹਾ ਤੁਸੀਂ ਕਰਦੇ ਸੀ। ਪਰ ਤੁਹਾਨੂੰ ਉਹ ਸੱਚ ਦੱਸਿਓ ਅੱਜ, ਉਹ ਜਿਹੜੇ ਰੋਲ ਤੁਸੀਂ ਕਰਦੇ ਹੁੰਦੇ ਸੀ, ਤੁਹਾਨੂੰ ਪਸੰਦ ਵੀ ਹੁੰਦੇ ਸਨ ਜਾਂ ਵੀ ਇਹ ਮਿਲਿਆ ਕਰਨਾ? ਨਹੀਂ, ਪਤਾ ਕੀ ਹੁੰਦਾ, ਕਹਿੰਦੇ ਨੇ ਕਿ ਪੰਜਾਬੀਆਂ ਨੂੰ ਨਾ ਖਲੋਣ ਲਈ ਥਾਂ ਚਾਹੀਦੀ ਹੁੰਦੀ ਆ, ਬਹਿਣ ਲਈ ਉਹ ਆਪੇ ਬਣਾ ਲੈਂਦੇ। ਉਹ ਬਣਾ ਲਈਏ ਤਾਂ ਉਹ ਮਤਲਬ ਚੰਗੀ ਤਰ੍ਹਾਂ ਬਣਾ ਲਈ ਮੈਂ ਉਹਦੀ। ਮੈਂ ਇਸ ਤਰ੍ਹਾਂ ਕੀਤਾ ਨਾ, ਜਿਵੇਂ ਹੁਣ ਕੰਟਰੋਲ ਭਾਜੀ ਕੰਟਰੋਲ ਫਿਲਮ ਸੀ, ਇੱਕ ਸਧਾਰਨ ਫਿਲਮ ਸੀਗੀ ਉਹ, ਤੁਸੀਂ ਉਹਦੇ 'ਚ ਮੇਰਾ ਰੋਲ ਦੇਖੋ, ਮੈਂ ਉਹਦੇ 'ਚ NRI ਪਾਪਣ ਹੈਗੀ ਹਾਂ, ਤਾਂ ਉਹ ਮੈਂ ਕ੍ਰੀਏਟ ਕਰ ਲਿਆ ਕਿ ਮੈਂ ਇਸ ਤਰ੍ਹਾਂ ਦਾ ਗੈਟਅਪ ਮੇਰਾ ਹੋਊਗਾ। ਥੀਏਟਰ ਦੇ ਵਿੱਚ ਮੈਂ ਬਹੁਤ ਇਸ ਤਰ੍ਹਾਂ ਦੇ ਕਿਰਦਾਰ ਕੀਤੇ ਕਿ ਮੇਰੀ ਕੋਸ਼ਿਸ਼ ਹੁੰਦੀ ਸੀ ਹਰ ਵਾਰੀ ਮੈਂ ਥੋੜ੍ਹਾ ਜਿਹਾ ਫਰੈਸ਼ ਫੇਸ 'ਚ, ਥੋੜ੍ਹੇ ਜਿਹੇ ਫਰੈਸ਼ ਗੈਟਅਪ ਦੇ ਵਿੱਚ ਆਵਾਂ, ਨਵੀਂ ਲੁੱਕ 'ਚ ਆਵਾਂ। ਤੇ ਉਹ ਮੈਨੂੰ ਲੱਗਾ ਕਿ ਫਿਲਮਾਂ ਦੇ ਵਿੱਚ ਵੀ ਇੰਜ ਕਰਕੇ ਦੇਖਦੇ ਆ, ਤੋ ਮੈਂ ਆਪਣਾ ਕੰਮ ਬੜੀ ਇਮਾਨਦਾਰੀ ਨਾਲ ਕੀਤਾ, ਚਾਹੇ ਮੇਰਾ ਛੋਟਾ ਰੋਲ ਸੀ, ਚਾਹੇ ਵੱਡਾ, ਚਾਹੇ ਸਧਾਰਨ ਫਿਲਮ ਸੀ, ਚਾਹੇ ਛੋਟਾ ਪ੍ਰੋਡਕਸ਼ਨ ਹਾਊਸ ਆ। ਮੈਨੂੰ ਇਹ ਸੀਗਾ ਕਿ ਮੈਂ ਅਨੀਤਾ ਦੇਵਗਨ ਨੇ ਜਦੋਂ ਆਪਣੇ ਕੰਮ ਦੀ ਪੇਸ਼ਕਾਰੀ ਕਰਨੀ ਹੈ, ਕਿਰਦਾਰ ਨਿਭਾਉਣਾ, ਤੇ ਉਹ ਕਿਰਦਾਰ ਦੇ ਹਾਣ ਪ੍ਰਵਾਨ ਹੋਣਾ ਚਾਹੀਦਾ, ਤੇ ਲੋਕਾਂ ਨੂੰ ਚਾਹੇ ਮਤਲਬ ਥੋੜੇ ਲੋਕ ਦੇਖਣ, ਉਹਨਾਂ ਨੂੰ ਲੱਗੇ ਵੀ ਇਹ ਵਧੀਆ ਸੀ, ਇਹ ਇੰਜ ਹੀ ਹੋ ਸਕਦਾ ਸੀ, ਇਸ ਤੋਂ ਵਧੀਆ ਨਹੀਂ ਹੋ ਸਕਦਾ। ਹਾਂ, ਇਸ ਤੋਂ ਵਧੀਆ ਨਹੀਂ ਸੀ ਹੋ ਸਕਦਾ। ਤੇ ਜੇ ਕੋਈ ਕਹਿ ਦੋਵੇ, ਇਹ ਗੱਲ ਕਹਿ ਦੋਵੇ ਕਿ ਇਹ ਕਿਰਦਾਰ ਫਲਾਣੇ ਕੋਲੋਂ ਕਰਵਾ ਲੈਂਦੇ ਨਾ ਅਨੀਤਾ ਦੇਵਗਨ ਦੀ ਥਾਂ ਤੇ, ਤੇ ਉਹਨੇ ਤਾਂ ਬਹੁਤ ਵਧੀਆ ਕਰ ਦੇਣਾ ਸੀ, ਮੈਨੂੰ ਲੱਗਦਾ ਵੀ ਉਹ ਤੇ ਫਿਰ ਮਿੱਟੀ ਹੋ ਜਾਏ ਬੰਦਾ। ਕੰਮ ਦਾ ਕੋਈ ਫਾਇਦਾ ਨਹੀਂ ਕਰੂੰਗਾ, ਕੋਈ ਫਾਇਦਾ ਨਹੀਂ, ਮੈਂ ਤਾਂ ਛੱਡ ਦੂੰ ਉਸ ਦਿਨ ਕੰਮ ਕਰਨਾ। ਹੁਣ ਅਨੀਤਾ ਦੇਵਗਨ ਲਗਭਗ ਹਰ ਪੰਜਾਬੀ ਜਾਣਦਾ, ਜਿਹਨੂੰ ਥੋੜ੍ਹਾ ਬਹੁਤ ਵੀ ਫਿਲਮਾਂ ਦਾ ਸ਼ੌਕ ਹੈ, ਇਹ ਤੁਹਾਡਾ ਫਿਲਮੀ ਨਾਂ ਹੈ ਜਾਂ ਘਰੇਲੂ ਨਾਂ ਹੀ ਸੀ ਜੀ? ਇਹ ਮੇਰਾ ਸਰਟੀਫਿਕੇਟ ਵਾਲਾ ਨਾਮ ਸੀ। ਅੱਛਾ, ਘਰੇਲੂ ਨਾਂ ਕੀ ਸੀ ਜੀ ਫਿਰ? ਉਹ ਕੋਈ ਹੋਰ ਹੋਣਾ, ਉਹ ਦੱਸਿਓ। ਨਹੀਂ, ਅੱਜ ਤਾਂ ਪੁੱਛਾਂਗੇ ਨਾ ਫਿਰ ਮੈਨੂੰ ਲੋਕਾਂ ਨੇ ਉਸ ਨਾਮ ਤੋਂ ਬੁਲਾਉਣ ਲੱਗ ਪੈਣਾ। ਚੰਗੀ ਗੱਲ ਹੈ, ਨਹੀਂ ਉਹ ਆਪਣਾ ਹੀ ਬੁਲਾਉ ਕੋਈ? ਨਹੀਂ, ਐਕਚੁਅਲੀ ਨਾ ਮੈਂ ਇਮੋਸ਼ਨਲ ਹਾਂ ਬਹੁਤ ਜ਼ਿਆਦਾ, ਉਹ ਨਾਮ ਮੈਨੂੰ ਮੇਰੇ ਮਾਪਿਓ ਨੇ ਦਿੱਤਾ ਸੀਗਾ। ਇਹ ਕਿਹਨਾਂ ਨੇ ਦਿੱਤਾ ਜੀ? ਅਨੀਤਾ ਦੇਵਗਨ ਸਕੂਲ ਵਾਲਿਆਂ ਨੇ ਜਦੋਂ ਬੋਲਣਾ ਸ਼ੁਰੂ ਕਰਤਾ ਜੀ ਤੁਹਾਡਾ? ਨਹੀਂ ਨਹੀਂ, ਰੱਖਿਆ ਤੇ ਘਰਦਿਆਂ ਨੇ ਸੀਗਾ, ਪਰ ਮਤਲਬ ਉਹਨਾਂ ਨੇ ਬੋਲਣਾ ਸ਼ੁਰੂ ਕਰਤਾ ਇਸ ਨਾਮ ਤੋਂ, ਤੇ ਉਹਨਾਂ ਦੇ ਨਾਮ ਨੂੰ ਫਿਰ ਦਰਸ਼ਕਾਂ ਨੇ ਵੀ ਹੌਲੀ ਹੌਲੀ ਫਿਲਮਾਂ 'ਚ ਪ੍ਰਵਾਨ ਕਰ ਲਿਆ। ਆਪਾਂ ਕਿਸੇ ਨੂੰ ਦੱਸਣਾ ਹੀ ਨਹੀਂ, ਆਪਣੀ ਗੱਲ ਹੈ। ਘਰ ਦੇ ਵਿੱਚ ਤੇ ਕੋਈ ਛੰਨਾ ਹੁੰਦੀ ਆ, ਕੋਈ ਗੱਗਾ ਹੁੰਦੀ ਆ, ਕੋਈ ਗੋਗੀ ਹੁੰਦੀ ਆ, ਕੋਈ ਰੱਜੀ ਹੁੰਦੀ ਆ, ਤੇ ਉਹ ਥੋੜਾ ਹੁਣ ਮੈਂ ਦੱਸ ਦੂੰਗੀ ਵੀ ਮੈਂ ਥੋੜਾ ਦੱਸੂਗੀ ਵੀ ਸਰ ਜਣਾ ਮੈਨੂੰ ਮਿੱਠੀ ਕਹਿੰਦੇ ਸੀ, ਮੈਂ ਪਾਗਲ ਆ, ਕਦੀ ਵੀ ਨਹੀਂ ਦੱਸਦੀ। ਦੋਸਤੋ, ਸਾਡੀ ਅੱਜ ਦੀ ਮੁਲਾਕਾਤ ਮਿੱਠੀ ਖਰ ਅਨੀਤਾ ਦੇਵਗਨ ਨਾਲ, ਤੁਸੀਂ ਅਨੀਤਾ ਦੇਵਗਨ ਜੀ? ਹਾਂ ਅਨੀਤਾ, ਤੈਨੂੰ ਕਿਵੇਂ ਪਤਾ ਲੱਗਾ ਮੇਰਾ ਨਾਂ ਆਏ ਵਾਲਾ ਸੀ? ਨਹੀਂ ਜੀ, ਮੈਂ ਤਾਂ ਵੈਸੇ ਕਹਿ ਰਿਹਾ ਸੀ ਕਿਉਂਕਿ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਹੇ ਤੁਸੀਂ। ਹਾਂ, ਮੈਂ ਬਹੁਤ ਬਾਈ ਨੇਚਰ ਬਹੁਤ ਮਿੱਠੀ ਜੀ ਲੱਗਦੀ ਹੈ। ਸੋ ਦੋਸਤੋ, ਮਿੱਠੀ ਦੇ ਨਾਲ ਨਹੀਂ, ਅਨੀਤਾ ਦੇਵਗਨ ਦੇ ਨਾਲ ਸਾਡੀ ਮੁਲਾਕਾਤ ਵੇਖ ਸੁਣ ਰਹੇ ਹੋ, ਵਾਪਸ ਆਉਂਦੇ ਹਾਂ ਇਹਨਾਂ ਕੁਝ ਮਸ਼ਹੂਰੀਆਂ ਤੋਂ ਬਾਅਦ। If you like this video, please subscribe the channel, like and share this video. ਪ੍ਰਾਈਮ ਏਸ਼ੀਆ ਟੈਲੀਵਿਜ਼ਨ ਵੇਖ ਰਹੇ ਹੋ, ਆਓ ਅੱਜ ਅਨੀਤਾ ਦੇਵਗਨ ਦੇ ਨਾਲ ਇਸ ਗੱਲਬਾਤ ਦਾ ਅਗਲਾ ਹਿੱਸਾ ਪੇਸ਼ ਕਰਦੇ ਹਾਂ।
ਅਨੀਤਾ ਜੀ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਕਿ ਘਰੇਲੂ ਨਾਮ ਕੁਛ ਹੋਰ ਸੀ, ਸਰਟੀਫਿਕੇਟ ਦਾ ਨਾਮ ਕੁਛ ਹੋਰ ਸੀ, ਤੁਹਾਨੂੰ ਕਦੀ ਇਹ ਤਾਂ ਨਹੀਂ ਸੀ ਲੱਗਿਆ ਕਿ ਸ਼ਾਇਦ ਫਿਲਮਾਂ ਵਾਸਤੇ ਕੁਝ ਹੋਰ ਚਮਕੀਲਾ ਭੜਕੀਲਾ ਜਿਹਾ ਨਾਮ ਚਾਹੀਦਾ? ਨਹੀਂ, ਮੈਂ ਨਾ ਕਦੀ ਵੀ ਕੁਝ ਸੋਚ ਸਮਝ ਕੇ ਤੇ ਆਈ ਨਹੀਂ, ਨਾ ਨਾ ਨਾਟਕ ਵੀ ਨਹੀਂ ਸੋਚ ਸਮਝ ਕੇ ਕੀਤੇ, ਸੀਰੀਅਲ ਵੀ ਨਹੀਂ ਸੀ ਸੋਚ ਸਮਝ ਕੇ ਕੀਤੇ। ਉਹ ਫਿਰ ਕਹਿੰਦੇ ਸੀ ਵੀ ਕੋਈ ਜਚਵਾਂ ਜਿਹਾ ਨਾਮ ਹੋਣਾ ਚਾਹੀਦਾ, ਹਾਂ ਵੀ ਤੁਹਾਡਾ ਕੀ ਨਾਮ ਕੀ। ਮੈਂ ਕਿਹਾ ਜੀ ਮੇਰਾ ਸਰਟੀਫਿਕੇਟ 'ਚ ਆ, ਉਹਨਾਂ ਨੇ ਆਪੇ ਹੀ ਲਿਖ ਲੁਖ ਦਿੱਤਾ ਉਹ, ਮੈਂ ਤਾਂ ਆਪਣਾ ਨਾਮ ਨਹੀਂ ਰੱਖਿਆ ਇਹ ਵਾਲਾ ਦੇ, ਮੇਰਾ ਤਾਂ ਅਨੀਤਾ ਕੁਮਾਰੀ ਸਰਟੀਫਿਕੇਟ 'ਚ ਸੀਗਾ। ਅੱਛਾ, ਅਤੇ ਉਹਨਾਂ ਨੇ ਮੈਨੂੰ ਕਹਿੰਦੇ ਤੁਹਾਡੀ ਜਾਤ ਕੀ, ਮੈਂ ਦੱਸ ਦਿੱਤੀ ਵੀ ਦੇਵਗਨ ਹੈ, ਉਹਨਾਂ ਨੇ ਅਨੀਤਾ ਦੇਵਗਨ ਲਾਤਾ, ਬਸ ਉਹ ਚੱਲੀ ਗਿਆ। ਮੁੜ ਕੇ ਤਾਂ ਪੰਗਾ ਤਾਂ ਉਦੋਂ ਪੈ ਗਿਆ ਨਾ ਜਦੋਂ ਮੈਂ ਜੱਟਾਂ ਦੇ ਮੁੰਡੇ ਨਾਲ ਵਿਆਹ ਕਰਾ ਲਿਆ, ਗਿੱਲ ਬਣ ਗਏ। ਗਿੱਲ ਬਣ ਗਏ, ਮੇਰਾ ਘਰ ਵਾਲਾ ਮੈਨੂੰ ਕਹਿੰਦਾ ਵੀ ਨਾ ਤੂੰ ਅਨੀਤਾ ਦੇਵਗਨ ਗਿੱਲ ਕਰ ਲਾ। ਮੈਂ ਨਾ ਭਾਈ, ਮੈਂ ਪਾਗਲ ਆ, ਬਹੁਤ ਔੜਾ ਹੋ ਜਾਊਗਾ। ਨਹੀਂ, ਲੰਬੇ ਚੌੜੇ ਦੇ ਨਹੀਂ, ਤੁਹਾਡੇ ਲਈ ਤੁਹਾਨੂੰ ਤਾਂ ਚੱਲ ਜਾਣਾ ਸੀ, ਮੈਨੂੰ ਤਾਂ ਬਹੁਤ ਫੱਬਣਾ ਸੀ ਮੇਰੇ ਹਿਸਾਬ ਨਾਲ, ਠੀਕ ਸੀਗਾ। ਪਰ ਗੱਲ ਪਤਾ ਕੀ ਆ, ਹੁਣ ਉਹ ਮੈਨੂੰ ਚੌਂ ਦਿਨਾਂ ਨੂੰ ਤਲਾਕ ਦੇ ਦੇਵੇ, ਮੈਂ ਮੁੜ ਕੇ ਦੇਵਗਨ ਤੋਂ ਨਹੀਂ ਜਾਵਾਂ। ਨਹੀਂ, ਮੁੰਡਾ ਇਦਾਂ ਦਾ ਹੈ ਨਹੀਂ, ਕਿਸੇ ਦਾ ਕੋਈ ਪਤਾ ਹੁੰਦਾ, ਕੋਈ ਕੋਈ ਸੋਹਣੀ ਨਾਲ ਮਿਲ ਜਾਵੇ? ਇੰਨੇ ਸਾਲਾਂ ਦਾ ਪਤਾ ਹੀ ਨਹੀਂ ਲੱਗਿਆ, ਕਦੀ ਕਿਸੇ ਮਰਦ ਦਾ ਭਰੋਸਾ ਨਹੀਂ ਕਰਨਾ। ਅੱਛਾ, ਬਿਲਕੁਲ ਵੀ ਨਹੀਂ। ਨੋ ਨਹੀਂ, ਇਹ ਤਾਂ ਮਰਦ ਜਾਤ ਤੇ ਆਲਾ ਬਾਜੀ, ਨਹੀਂ ਕਰਨਾ ਚਾਹੀਦਾ। ਜਦੋਂ ਵੇਖੋ ਹੁਣ, ਮਤਲਬ ਤੇਰੇ ਤੁਹਾਡੇ ਨਾਲ ਸੋਹਣੀ ਜਿਹੀ ਕੁੜੀ, ਸੋਹਣੀ ਜਿਹੀ ਕੁੜੀ ਆ ਕੇ ਕੋਈ ਕਹੇ ਕਿ ਮੈਨੂੰ ਤੂੰ ਬਹੁਤ ਪਸੰਦ ਆ, ਮੈਨੂੰ ਲੱਗਦਾ ਮੈਂ ਹੀ ਬਹੁਤ ਜ਼ਿਆਦਾ ਪਿਆਰ ਜਿਹਾ ਨਾ ਕਹਿਦਾ ਤੂੰ। ਨਹੀਂ 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 ਨਹੀਂ, ਉਹਦੇ ਹੋਰ ਪੁਰਾਣਾ ਹੋ ਜਾਣਾ। ਨਹੀਂ ਨਹੀਂ, ਤੁਹਾਡੇ ਤੋਂ ਸੋਹਣਾ ਕੌਣ ਮਿਲ ਜੂ ਉਹਨਾਂ ਨੂੰ? ਨਹੀਂ, ਮੇਰੇ ਤੋਂ ਸੋਹਣਾ ਤਾਂ ਨਹੀਂ ਕੋਈ ਮਿਲ ਸਕਦਾ। ਸੂਰਤ ਤੇ ਸੀਰਤ ਦੋਵੇਂ ਚੀਜ਼ਾਂ ਸੋਹਣੀਆਂ। ਕਈ ਵਾਰੀ ਬੰਦਾ ਨਾ ਜ਼ਿਆਦਾ ਗੁੜਖਾ ਖਾ ਕੇ ਅੱਕਿਆ ਵੀ ਹੁੰਦਾ ਥੋੜਾ ਜਿਹਾ। ਅੱਛਾ, ਮਤਲਬ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਲੱਗਦਾ ਗੁੱਸਾ ਆਉਂਦਾ ਜੀ? ਆਉਂਦਾ ਹੀ ਨਹੀਂ ਜੀ ਤੁਹਾਨੂੰ? ਮੈਨੂੰ ਨਹੀਂ ਆਉਂਦਾ। ਪਰ ਆਉਂਦਾ ਵੀ ਉਹ ਕਿੱਡਾ ਵੱਡਾ ਹੋ ਗੁੱਸਾ ਤੁਹਾਡਾ, ਇੰਨਾ ਵੱਡਾ। ਸੁਣ, ਅਨੀਤਾ ਦੇਵਗਨ ਗਿੱਲ, ਉਹਨਾਂ ਨੇ ਜਿਹੜੀ ਤੁਹਾਨੂੰ ਕਿਹਾ ਕਿ ਰੱਖ ਲਓ ਇਹ ਪ੍ਰਪੋਜ਼ਲ ਦਿੱਤੀ, ਤੁਹਾਨੂੰ ਠੁਕਰਾ ਕਿਉਂ ਦਿੱਤੀ? ਨਹੀਂ, ਮੈਨੂੰ ਲੱਗਾ ਸੀ ਵੀ ਹੁਣ ਲੋਕ ਮੈਨੂੰ ਅਨੀਤਾ ਦੇਵਗਨ ਦੇ ਨਾਮ ਤੇ ਜਾਣਦੇ। ਅਸਲ 'ਚ ਨਾ ਸਾਡੀ ਇੰਡਸਟਰੀ 'ਚ ਪਹਿਲਾਂ ਦੋ ਅਨੀਤਾ ਹੋਰ ਨੇ, ਇੱਕ ਦਾ ਨਾਮ ਅਨੀਤਾ ਸ਼ਬਦੀਸ਼ ਆ, ਇੱਕ ਦਾ ਨਾਮ ਅਨੀਤਾ ਮੀਤ ਆ। ਤੇ ਜਦੋਂ ਅਨੀਤਾ ਦੇਵਗਨ ਤੋਂ ਬਾਅਦ ਅਨੀਤਾ ਦੇਵਗਨ ਗਿੱਲ ਆਉਣੀ ਸੀ ਨਾ, ਲੋਕਾਂ ਨੇ ਕਹਿਣਾ ਸੀ ਚੌਥੀ ਹੋਰ ਵੀ ਇੱਕ ਚੌਥੀ ਆ ਗਈ, ਤੇ ਚੌਥਾ ਤੇ ਬਹੁਤ ਬੁਰੀ ਗੱਲ ਹੁੰਦੀ, ਮੈਂ ਚੌਥਾ ਮੈਨੂੰ ਹਾਵਲੀ ਬਾਅਦ ਚ ਯਾਦ ਆਈ। ਹਾਂ, ਮੈਂ ਨੀ ਤੀਸਰੀ, ਮੈਂ ਫਸਟ ਆ, ਮੈਂ ਹਮੇਸ਼ਾ ਫਸਟ ਰਹਿਣਾ। ਲੇਡੀਜ਼ ਆਲਵੇਜ਼ ਫਸਟ, ਪਰ ਉਹ ਵੀ ਲੇਡੀਜ਼ ਹੀ ਨਹੀਂ। ਨਹੀਂ, ਮੈਂ ਫਸਟ ਆ ਨਾ। ਅੱਛਾ, ਹੁਣ ਤੁਹਾਡਾ ਕੰਮ ਇੱਕ ਤੋਂ ਬਾਅਦ ਇੱਕ, ਇੱਕ ਤੋਂ ਬਾਅਦ ਇੱਕ ਲਾਈਨਾਂ ਲੱਗਦੀਆਂ ਗਈਆਂ, ਪੈਸਾ ਧੇਲੇ ਦਾ ਹਿਸਾਬ ਕਿਤਾਬ ਕੌਣ ਰੱਖਦਾ ਜੀ? ਮੈਂ ਨਹੀਂ ਰੱਖਦੀ, ਮੈਨੂੰ ਇਹ ਸਭ ਤੋਂ ਔਖਾ ਕੰਮ ਲੱਗਦਾ। ਨਹੀਂ, ਮਤਲਬ ਥੋੜ੍ਹਾ ਜਿਹਾ ਮੇਰੇ ਹਸਬੈਂਡ ਨਾ, ਉਹਨਾਂ ਨੂੰ ਪਤਾ ਹੁੰਦਾ ਵੀ ਮੇਰੇ ਬੈਂਕ ਅਕਾਊਂਟ ਦੇ ਵਿੱਚ ਕਿੰਨੇ ਪੈਸੇ, ਮੈਂ ਉਹਨਾਂ ਨੂੰ ਪੁੱਛਦੀ ਹੁੰਦੀ ਮੇਰੇ ਅਕਾਊਂਟ 'ਚ ਕਿੰਨੇ ਪੈਸੇ, ਦੱਸ ਦਿੰਦੇ? ਉਹ ਦੱਸ ਦਿੰਦੇ, ਉਹਨਾਂ ਨੂੰ ਪਤਾ ਹੁੰਦਾ। ਅੱਛਾ, ਮੈਨੂੰ ਨਹੀਂ ਪਤਾ ਹੁੰਦਾ। ਉਹ ਫਿਲਮਾਂ ਤੁਹਾਡੇ ਜਿੰਨੀਆਂ ਕਰਦੇ ਜੀ ਜਣੇ? ਮੈਂ ਉਹਨਾਂ ਨੂੰ ਘੱਟ ਕਰਨ ਦਿੰਦੀ। ਕਿਉਂ? ਦਾ ਨਾ ਜਿਹਦਾ ਲੱਗ ਜਾਏ, ਜਿਹਦਾ ਪ੍ਰੈਸ਼ਰ ਪੈ ਜਾਵੇ। ਅੱਛਾ ਜੀ, ਤੇ ਮੈਂ ਪਹਿਲਾਂ ਹੀ ਉਹਨਾਂ ਨੂੰ ਜਾ ਕੇ ਪਹਿਲਾਂ ਸੁਣਾ ਦਿੰਦੀ ਮੇਰਾ ਅਗਲੇ 3 ਮਹੀਨੇ ਦਾ ਸ਼ਡਿਊਲ ਕੀ ਹੈਗਾ। ਉਹ ਫਿਰ ਮਤਲਬ ਕੁਝ ਤੇ ਹੁਣ ਜਿਵੇਂ ਆ ਪਰਸੋਂ ਚੌਥੀ ਛਡਾਈ ਇੱਕ। ਅੱਛਾ, ਤੇ ਮਤਲਬ ਕੁਝ ਥਾਵਾਂ ਤੇ ਜਿੱਥੇ ਕਿਤੇ ਸਪੇਸ ਵਿੱਚ ਬਚਦੀ ਆ ਉੱਥੇ ਫਿੱਟ ਵੀ ਹੋ ਜਾਂਦੇ, ਉੱਥੇ ਫਿਰ ਉਹਨਾਂ ਨੂੰ ਕੰਪਨਸੇਟ ਕਰ ਦਿੱਤਾ। ਇਹ ਪੋਰਸ਼ਨ ਚਲਾਉਣਾ ਨਹੀਂ ਆ ਪ੍ਰੋਗਰਾਮ 'ਚ, ਜੇ ਉਹਨਾਂ ਨੇ ਵੇਖ ਲਿਆ ਮੈਨੂੰ ਤਲਾਕ ਦੇ ਦੇਣਗੇ। ਮਤਲਬ ਮੈਂ ਸਪੇਸ ਨਹੀਂ ਛੱਡਦੀ ਜ਼ਿਆਦਾ। ਅੱਛਾ, ਮੈਨੂੰ ਲੱਗਦਾ ਕਿ ਬਹੁਤ ਸਾਰੇ ਕਰੈਕਟਰ ਉਹਨਾਂ ਦੇ ਫਿਲਮਾਂ ਕਰਨ ਲਈ। ਅੱਛਾ, ਮੈਂ ਕਿਹਾ ਕਿਤੇ ਵੀ ਨਹੀਂ, ਉਹ ਤਾਂ ਵੈਸੇ ਮੈਂ ਜਿੱਥੇ ਬੈਠੀ ਹਾਂ ਉੱਥੇ ਸਪੇਸ ਨਹੀਂ ਰਹਿੰਦੀ। ਅੱਛਾ ਜੀ, ਮੈਨੂੰ ਇਹ ਹੈਗਾ ਕਿ ਮੈਂ ਵੱਧ ਤੋਂ ਵੱਧ ਕੰਮ ਕਰਾਂ। ਅੱਛਾ ਜੀ, ਕਿਉਂਕਿ ਉਹ ਮੇਰੇ ਨਾਲੋਂ ਵੀ ਪਹਿਲੋਂ ਦੇ ਨੇ, ਉਹਨਾਂ ਨੇ ਨਾਟਕ ਵੀ ਬਹੁਤ ਕੀਤੇ। ਸਿਰ ਧੜ ਦੀ ਬਾਜੀ ਤਾਂ ਉਹਨਾਂ ਦੀ ਪਹਿਲੀ ਫਿਲਮ ਸੀ, ਇੰਨੇ ਪੁਰਾਣੇ ਇੰਨੀਆਂ ਫਿਲਮਾਂ ਕਰ ਲਈਆਂ, ਮੈਂ ਜਦੋਂ ਉਹਨਾਂ ਦੇ ਬਰਾਬਰ ਕਰ ਲੂੰਗੀ ਨਾ ਫਿਰ ਮੈਂ ਉਹਨਾਂ ਨੂੰ ਕਹਿਣਾ ਵੀ ਹੁਣ ਠੀਕ ਹੈ, ਹੁਣ ਬਰਾਬਰੀ 'ਤੇ ਆ ਗਿਆ ਕੰਮ। ਹੁਣ ਤੁਸੀਂ ਇੰਨੇ ਬਿਜ਼ੀ ਰਹਿੰਦੇ ਹੋ, ਰੁੱਝੇ ਹੋਏ ਕਲਾਕਾਰਾਂ ਵਿੱਚ ਤੁਹਾਡਾ ਨਾਮ ਹੈ, ਪਰਿਵਾਰ ਦੇ ਆਫਟਰ ਵਾਲਾ ਸਮਾਂ ਘੱਟ ਕੀਤਾ ਜਾਂਦਾ, ਭਾਵੇਂ ਉਹ ਇੱਕ ਕਲਾਕਾਰ ਨੇ, ਉਹ ਸਮਝਦੇ ਨੇ ਤੁਹਾਡੀਆਂ ਮਜਬੂਰੀਆਂ ਨੇ, ਪਰ ਕਦੇ ਘਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਬੱਚੇ ਜਾਂ ਉਹ ਕਹਿੰਦੇ ਤਾਂ ਨਹੀਂ ਜੀ? ਮੈਂ ਨੋਟ ਛਾਪਦੀ, ਮੈਂ ਇਤਰਾ ਥੋੜ੍ਹਾ ਵਿਹਲੀ ਤੁਰੀ ਫਿਰਦੀ ਹੈ, ਜਦੋਂ ਜਨਾਨੀ ਕਮਾ ਕੇ ਲਿਆਉਂਦੀ ਕੋਈ ਕਹੂਗਾ, ਪਰ ਵੈਸੇ ਉਹ ਮਿਸ ਕਰਦੇ ਬਹੁਤ। ਕਰਦੇ ਜੀ, ਤੁਸੀਂ ਨਾਲ ਕਾਹਤੇ ਨਹੀਂ ਲੈ ਕੇ ਆਉਂਦੇ ਜੀ ਉਹਨਾਂ ਨੂੰ? ਨਹੀਂ, ਮੈਂ ਕਈ ਵਾਰੀ ਕੋਸ਼ਿਸ਼ ਕਰਦੀ, ਜਿਵੇਂ ਮਤਲਬ ਇੱਕ ਵਾਰੀ ਅਸੀਂ ਆਸਟ੍ਰੇਲੀਆ ਗਏ ਸੀ ਕੁਝ ਮਹੀਨੇ ਪਹਿਲਾਂ, ਉਦੋਂ ਉਹਨਾਂ ਨੂੰ ਨਾਲ ਲੈ ਕੇ ਗਈ ਸੀ, ਪਰ ਬਹੁਤਾ ਵੀ ਘਰ ਵਾਲੇ ਨੂੰ ਸਿਰ ਤੇ ਚੜਾਉਣਾ, ਜਾਣ ਵੀ ਬੜੀ ਖਾਂਦੇ ਫਿਰ। ਅੱਛਾ ਜੀ, ਉਹ ਕਿਵੇਂ? ਐਵੇਂ ਗੱਲ ਗੱਲ ਦੇ ਵਿੱਚ ਹੀ, ਮਤਲਬ ਜਿੱਥੇ ਮੇਰੇ ਪ੍ਰਸ਼ੰਸਕ ਹੁੰਦੇ, ਟੰਗਾਂ ਜਿਹਾ ਫਸਾਈ ਜਾਂਦੇ। ਹਾਂ, ਮੈਨੂੰ ਫਿਰ ਲੱਗਦਾ ਹੁੰਦਾ ਕਿ ਇੱਥੇ ਮੈਂ ਫੁਕਰੀ ਜੀ ਮਾਰਾਂ, ਹੈਨਾ, ਤੇ ਉਹਨਾਂ ਨੂੰ ਪਤਾ ਹੁੰਦਾ ਵੀ ਇੰਨੇ ਜੋਗੀ ਹੈ ਤਾਂ ਹੈ, ਉਸੇ ਵੇਲੇ ਮੇਰੀ ਹਵਾ ਕੱਢ ਦਿੰਦੇ। ਪਰ ਇਹ ਤਾਂ ਠੀਕ ਸੀ ਜੇ ਹਵਾ ਨਾਲ ਨਾਲ ਨਿਕਲਦੀ ਰਹਿੰਦੀ। ਹਾਂ, ਤਾਂ ਹੀ ਮੈਂ ਇੰਨੀ ਸੋਹਣੀ ਹਾਂ, ਨਹੀਂ ਤਾਂ ਮੈਂ ਇੰਜ ਕਰ ਇੰਜ ਬੈਠੀ ਹੋਣਾ ਸੀ। ਬਹੁਤ ਸਾਰੇ ਲੋਕ ਸੋਚਦੇ ਆ ਕਿ ਤੁਸੀਂ ਕਾਮੇਡੀਅਨ ਹੋ, ਪਰ ਮੈਂ ਮਹਿਸੂਸ ਕਰਦਾ ਕਿ ਤੁਸੀਂ ਇੱਕ ਅਦਾ
ਜਿਹੋ ਜਿਹਾ ਤੁਹਾਨੂੰ ਕੰਮ ਦਿੱਤਾ ਜਾਂਦਾ ਤੁਸੀਂ ਉਹ ਬਾਖੂਬੀ ਨਿਭਾਉਂਦੇ ਹੋ। ਬਿਲਕੁਲ, ਇਸ ਚੀਜ਼ ਮੈਂ ਪ੍ਰੂਵ ਵੀ ਕੀਤੀ ਹੈ ਰੱਬ ਦਾ ਰੇਡੀਓ ਦੇ ਵਿੱਚ, ਉਸ ਤੋਂ ਬਾਅਦ ਚੰਨਾ ਮੇਰਿਆਂ 'ਚ ਵੀ ਕੀਤੀ ਕਿ ਜਦੋਂ ਚੰਨਾ ਮੇਰਿਆਂ। ਤੁਸੀਂ ਵੀ, ਤੁਹਾਨੂੰ ਲੱਗਦਾ ਕਿ ਲੋਕ ਕਈ ਵਾਰੀ ਭਾਵੇਂ ਉਹ ਬੀਨੂ ਹੋਰੀ ਨੇ, ਗੁਰਪ੍ਰੀਤ ਹੋਰੀ ਨੇ, ਕਿ ਉਹ ਰਾਣਾ ਰਣਵੀਰ ਆ, ਇਹਨਾਂ ਨੂੰ ਕਾਮੇਡੀਅਨ ਕਹਿੰਦੇ ਨੇ, ਤੁਸੀਂ ਇਹਨਾਂ ਨੂੰ ਕਾਮੇਡੀਅਨ ਸਮਝਦੇ ਹੋ ਜਾਂ ਇਨਕਲੂਡਿੰਗ ਯੂ, ਜਾਂ ਤੁਸੀਂ ਇਹ ਸਮਝਦੇ ਹੋ ਕਿ ਨਹੀਂ ਅਦਾਕਾਰ ਅਦਾਕਾਰ ਹੈ ਜਿਹੋ ਜਿਹਾ ਉਹਨੂੰ ਕੰਮ ਮਿਲਿਆ ਉਹ ਕਰਦਾ? ਮੈਂ ਇਹਨਾਂ ਦੋਵਾਂ ਦੇ ਨਾਲ, ਮਤਲਬ ਮੇਰੀ ਅਦਾਕਾਰੀ ਦਾ ਵੀ ਸਫ਼ਰ ਜਿਹੜਾ ਉਹ ਕਾਫ਼ੀ ਜੁੜਿਆ ਹੋਇਆ। ਜਦੋਂ ਫਿਲਮਾਂ ਤੋਂ ਵੀ ਪਹਿਲਾਂ ਮੈਂ ਲੋਰੀ ਸੀਰੀਅਲ ਕਰਦੀ ਹੁੰਦੀ ਸੀ, ਉਦੋਂ ਮੈਂ ਤਾਂ ਬੀਨੂੰ, ਮਤਲਬ ਸਾਡਾ ਸੀਗਾ ਬੀਨੂੰ, ਮੇਰਾ ਬੇਟਾ ਬਣਿਆ ਸੀ, ਮੈਂ ਉਹਦੀ ਮਦਰ ਬਣੀ ਸੀ ਉਸ ਸੀਰੀਅਲ ਦੇ ਵਿੱਚ। ਉਦੋਂ ਬੜਾ ਮਕਬੂਲ ਹੋਇਆ ਸੀ ਸੀਰੀਅਲ, ਤਾਂ ਮਤਲਬ ਅਸੀਂ ਤਾਂ ਬੜੇ ਪੁਰਾਣੇ ਇੱਕ ਦੂਸਰੇ ਨੂੰ ਜਾਣਦੇ ਹਾਂ, ਸਾਡਾ ਅਦਾਕਾਰੀ ਦਾ ਸਫ਼ਰ ਵੀ ਨਾਲ ਨਾਲ ਤੁਰਿਆ, ਉਹ ਕਾਫੀ ਜ਼ਿਆਦਾ ਅੱਗੇ ਨਿਕਲ ਗਏ, ਬਹੁਤ ਵੱਡੇ ਸੁਪਰ ਸਟਾਰ ਬਣ ਗਏ, ਫਿਰ ਹੌਲੀ ਹੌਲੀ ਛੇਤੀ ਤੁਰ ਲੈਂਦੇ ਜੀ। ਨਹੀਂ, ਉਹ ਕਮਾਲ ਦੇ ਅਦਾਕਾਰ ਨੇ, ਇਹ ਸੱਚੀ ਗੱਲ ਹੈ, ਬਹੁਤ ਬਹੁਤ ਵਧੀਆ ਅਦਾਕਾਰ ਨੇ। ਪਰ ਦੇਖੋ, ਅਸੀਂ ਕੈਮਰੇ ਤੇ ਕਹਿੰਦੇ ਆ, ਅਦਾਕਾਰੀ ਹੈ ਜਿਹੜੀ ਤੁਹਾਡੀ, ਉਹਦੀ ਵੀ ਤਾਰੀਫ ਕਰਨੀ ਬਣਦੀ ਹੈ ਜੀ, ਘੱਟ ਤੁਸੀਂ ਵੀ ਨਹੀਂ ਹੋ। ਥੈਂਕ ਯੂ, ਬਹੁਤ ਵਧੀਆ ਲੱਗਦਾ ਮੈਨੂੰ ਜਦੋਂ ਕੋਈ ਮੇਰੀ ਤਾਰੀਫ ਕਰਦਾ, ਖਾਸ ਕਰਕੇ ਮੇਰੀ ਅਦਾਕਾਰੀ ਦੀ ਤਾਰੀਫ ਕਰਦਾ। ਬਸ ਉਹ ਮੈਨੂੰ ਲੱਗਦਾ ਹੁੰਦਾ ਕਿ ਹੁਣ ਸਮਾਂ ਠਹਿਰ ਜਾਵੇ ਤਾਂ ਕਿ ਮੈਂ ਕੁਝ ਪਲ ਇਸ ਸਮੇਂ ਨੂੰ ਇੰਜੋਏ ਕਰ ਸਕਾਂ। ਸੋ ਹੁਣ ਮੈਂ ਚਾਹੁੰਦੀ ਹਾਂ ਕਿ ਘੜੀ, ਇਹ ਪਲ, ਸਮਾਂ ਕੁਝ ਦੇਰ ਲਈ ਰੁਕ ਜਾਵੇ। ਮੈਂ ਫੜ ਫੜ ਰਹੀ ਤਰੀਕ, ਸਮੇਂ ਨੇ ਇੱਕ ਨਾ ਮੰਨੀ, ਇਹਨੇ ਨਹੀਂ ਮੰਨਣੀ, ਤੁਸੀਂ ਆਪਣੀ ਗੱਲ ਕਰੋ। ਹਾਂ, ਤਾਂ ਮਤਲਬ ਮੈਨੂੰ ਉਹ ਅਦਾਕਾਰ ਲੱਗਦੇ ਨੇ, ਮੈਂ ਕਿਸੇ ਵੀ ਅਦਾਕਾਰ ਨੂੰ ਕਿਸੇ ਵੀ ਫਰੇਮ ਦੇ ਵਿੱਚ ਬੰਨ ਕੇ ਨਹੀਂ ਦੇਖਦੀ, ਕਿਉਂਕਿ ਮੈਂ ਉਹਨਾਂ ਨੂੰ ਥੀਏਟਰ ਕਰਦਿਆਂ ਵੀ ਦੇਖਿਆ, ਮੈਂ ਉਹਨਾਂ ਨੂੰ ਸੀਰੀਅਲ ਕਰਦਿਆਂ ਵੀ ਦੇਖਿਆ, ਦੋਵਾਂ ਤਿੰਨਾਂ ਜਣਿਆਂ ਨੂੰ ਮੈਂ ਉਹਨਾਂ ਨੂੰ ਫਿਲਮਾਂ ਕਰਦਿਆਂ ਵੀ ਦੇਖਿਆ, ਤਾਂ ਮੈਂ ਖੁਦ ਵੀ, ਮੈਂ ਚਾਹੁੰਦੀ ਹਾਂ ਕਿ ਮੈਨੂੰ ਅਦਾਕਾਰਾਂ ਦੇ ਤੌਰ 'ਤੇ ਯਾਦ ਰੱਖਿਆ ਜਾਵੇ। ਪਰ ਤੁਸੀਂ ਪਿਆਰ ਜ਼ਿਆਦਾ ਦਿੰਦੇ ਹੋ ਐਜ਼ ਏ ਕੋਮੇਡੀਅਨ, ਤਾਂ ਉਹ ਤੁਹਾਡੀਆਂ ਮੁਹੱਬਤਾਂ ਨੇ, ਉਹ ਵੀ ਸਿਰ ਮੱਥੇ ਨੇ, ਕਬੂਲ ਹੈ, ਕਬੂਲ ਹੈ, ਕਬੂਲ। ਅਨੀਤਾ ਜੀ, ਲਗਭਗ ਜਿੰਨੇ ਇੱਕ ਵੀ ਮੁੰਡੇ ਇਸ ਵਕਤ ਫਿਲਮਾਂ ਕਰ ਰਹੇ ਹੈ, ਉਹ ਪਹਿਲਾਂ ਕਲਾਕਾਰ ਨੇ ਅਤੇ ਬਾਅਦ ਦੇ ਵਿੱਚ ਫਿਲਮਾਂ ਕਰ ਲੈਂਦੇ ਹੈ, ਤੁਹਾਨੂੰ ਸੱਚੀ ਸੱਚੀ ਦੱਸਿਓ, ਤੁਹਾਨੂੰ ਉਹਨਾਂ 'ਚੋਂ ਇੱਕ ਦੋ ਨੂੰ ਛੱਡ ਕੇ ਬਾਕੀ ਕੋਈ ਅਦਾਕਾਰ ਲੱਗਦਾ ਵੀ ਹੈ ਜਾਂ ਫਿਰ ਧੂੜ 'ਚ ਟੱਟੂ ਛੱਡੀ ਫਿਰਦੇ ਹੈ? ਨਹੀਂ, ਹੁਣ ਨਾ ਇੰਡਸਟਰੀ ਦੇ ਵਿੱਚ ਪਹਿਲੇ ਸਾਲ ਡੇਢ ਸਾਲ ਤਾਂ ਇਸ ਤਰ੍ਹਾਂ ਵੀ ਕਈਆਂ ਥਾਵਾਂ 'ਤੇ ਰਿਹਾ ਕਿ ਉਹ ਬਸ ਜਿਵੇਂ ਧੱਕੇ ਨਾਲ ਉਹਨਾਂ ਦਾ ਸਟਾਰਡਮ ਜਿਹੜਾ ਉਹਨੂੰ ਯੂਜ਼ ਕਰਦਾ ਹੈ ਨਾ, ਬਟ ਹੁਣ ਜਿਹੜੇ ਹੈਗੇ ਨੇ ਨਾ ਸਿੰਗਰ ਜਿਹੜੇ ਲਾਂਚ ਹੁੰਦੇ ਨੇ, ਉਹ ਮਿਹਨਤ ਕਰਦੇ ਨੇ, ਮੈਂ ਦੇਖਿਆ, ਮਤਲਬ ਕਈ ਤਾਂ ਥੀਏਟਰ ਵਰਕਸ਼ਾਪ ਲੈਂਦੇ ਨੇ, ਕਈ ਮਤਲਬ ਅਸੀਂ ਵੀ ਜਦੋਂ ਕੰਮ ਕਰਦੇ ਉਹਨਾਂ ਦੇ ਨਾਲ ਤਾਂ ਉਹ ਸੁਜੈਸ਼ਨਸ ਲੈਂਦੇ ਨੇ, ਤਾਂ ਉਹ ਵਧੀਆ ਲੱਗਦਾ। ਹੁਣ ਲੱਗਦਾ ਕਿ ਠੀਕ ਹੈ, ਸੀਰੀਅਸਲੀ ਇਸ ਪਾਸੇ ਨੂੰ ਤੁਰ ਪਏ, ਹੁਣ ਇਹ ਕੋਈ ਹਾਸੇ ਮਜ਼ਾਕ ਵਾਲੀ ਗੱਲ ਨਹੀਂ ਸਮਝਦੇ, ਉਹਨਾਂ ਨੂੰ ਲੱਗਦਾ ਹੈ ਕਿ ਇਹ ਇੱਕ ਆਪਣੇ ਆਪ 'ਚ ਕੰਪਲੀਟ ਪ੍ਰੋਫੈਸ਼ਨ ਹੈਗਾ, ਅਤੇ ਜੇ ਉਹਨਾਂ ਨੇ ਅਦਾਕਾਰ ਦੇ ਤੌਰ ਦੇ ਉੱਤੇ ਲਾਂਚ ਹੋਣਾ, ਕੰਮ ਕਰਨਾ, ਤਾਂ ਉਹਨਾਂ ਨੂੰ ਸੀਰੀਅਸਲੀ ਉਹ ਸਿੱਖ ਕੇ ਹੀ। ਇਹ ਤੁਸੀਂ ਫੀਲ ਕਰਦੇ ਹੋ ਕਿ ਸਾਲ ਡੇਢ ਕੁ ਸਾਲ ਤੋਂ? ਹਾਂਜੀ, ਇਹ ਤੋਂ ਪਹਿਲਾਂ ਨਹੀਂ ਸੀ? ਨਹੀਂ, ਪਹਿਲਾਂ ਸਾਰਿਆਂ ਦਾ ਨਹੀਂ ਸੀ, ਬਟ ਕੁਝ ਸਾਰਾ ਕੁਝ ਚੱਲ ਰਿਹਾ ਸੀ ਨਾ। ਹੁਣ ਅਸੀਂ ਸਥਾਪਤੀ ਵੱਲ ਨੂੰ ਵੀ ਪੱਕੇ ਪੈਰੀ ਤਦੇ ਤੁਰ ਸਕੇ ਹਾਂ ਨਾ ਪੰਜਾਬੀ ਸਿਨੇਮੇ ਦੇ ਵਿੱਚ, ਜਦੋਂ ਸਾਨੂੰ ਇਹ ਚੀਜ਼ ਲੱਗਣ ਲੱਗ ਪਈ, ਜਦੋਂ ਕੋਈ ਵੀ ਬੰਦਾ ਆਪਣਾ ਕੰਮ ਸੀਰੀਅਸਲੀ ਕਰੂਗਾ, ਵਧੀਆ ਤਰੀਕੇ ਨਾਲ ਕਰੂਗਾ, ਤਾਂ ਫਿਲਮ ਦੇ ਉੱਤੇ ਤਾਂ ਅਸਰ ਪੈਂਦਾ ਨਾ ਉਸ ਚੀਜ਼ ਦਾ, ਤਾਂ ਉਹ ਦਿਸ ਰਿਹਾ, ਸਾਡੀਆਂ ਜਿਹੜੀਆਂ ਫਿਲਮਾਂ ਹੁਣ ਆ ਰਹੀਆਂ ਉਹਨਾਂ 'ਚ ਦਿਸ ਰਿਹਾ, ਨਵੇਂ ਸਾਡੇ ਸਿੰਗਰ ਜਿਹੜੇ ਨੇ, ਚਾਹੇ ਉਹ ਅਸਟੈਬਲਿਸ਼ਡ ਨੇ ਐਜ਼ ਏ ਸਿੰਗਰ, ਬਟ ਅਦਾਕਾਰ ਦੇ ਤੌਰ ਦੇ ਉੱਤੇ ਵਧੀਆ ਨੇ, ਅੱਛਾ ਕੰਮ ਕਰ ਰਹੇ ਨੇ। ਹੁਣ ਫਿਲਮਾਂ ਦਾ ਰੁਝਾਨ ਜਦੋਂ ਆਪਾਂ ਵੇਖਦੇ ਹਾਂ, ਹੁਣ ਪੰਜਾਬੀ ਸਿਨੇਮਾ ਭਾਵੇਂ ਕਾਫੀ ਤਰੱਕੀ ਕਰ ਰਿਹਾ, ਸਮੇਂ ਦੇ ਹਾਣ ਦਾ ਹੁੰਦਾ ਜਾ ਰਿਹਾ, ਇੱਕ ਕਾਮੇਡੀ ਫਿਲਮ ਆ ਜੇ ਚੱਲ ਜਾਏ, ਇੱਕ ਪ੍ਰੋਡਿਊਸਰ ਦੀ ਚੱਲਦੀ ਹੈ, ਪੰਜ ਸੱਤ ਧੜਾ ਧੜ ਕੈਰੀ ਔਨ ਜੱਟਾ ਹੀ ਮਾਰਦੇ ਨੇ ਬਣਾ ਕੇ, ਭਾਵੇਂ ਉਹਨਾਂ ਦਾ ਟਾਈਟਲ ਕੋਈ ਹੋਰ ਹੁੰਦਾ, ਇੱਕ ਅੰਗਰੇਜ਼ ਚੱਲ ਗਈ, ਚਲੋ ਫਿਰ ਅੰਗਰੇਜ਼ ਵਰਗੀਆਂ, ਭਾਵੇਂ ਉਹਨੇ ਕਾ ਜਾਲਦਾਰ ਆ, ਭਾਵੇਂ ਬੰਬੂ ਘਾਟ ਹੈ, ਤੁਹਾਨੂੰ ਲੱਗਦਾ ਹੈ ਕਿ ਅਸੀਂ ਕਾਪੀ ਕਾਪੀ ਕਰਦੇ ਹਾਂ? ਹਾਂ ਬਿਲਕੁਲ, ਅਸੀਂ ਉਹਨਾਂ ਇਨਸੈਕਟਸ ਵਰਗੇ, ਕਈ ਵਾਰੀ ਮੈਨੂੰ ਲੱਗਦਾ ਹੁੰਦਾ ਕਿ ਇੱਕ ਜਣਾ ਅੱਗੇ ਲੀਡ ਕਰਦਾ ਤੇ ਪਿੱਛੇ ਪਿੱਛੇ ਸਾਰੇ ਜਣੇ ਕਰਦੇ, ਕਿਉਂਕਿ ਪੈਰ ਧਰੀ ਜਾਂਦੇ, ਪਿੱਛੇ ਗਰੁੱਪ ਬਣਾ ਕੇ ਤੁਰੀ ਜਾਂਦੇ ਆ, ਬਟ ਵਧੀਆ ਲੋਕ ਉਹੀ ਹੁੰਦੇ ਨੇ ਜਿਹੜੇ ਆਪਣੇ ਲਈ ਰਾਹ ਜਿਹੜੇ ਨੇ ਨਵੇਂ ਸਿਰਜਦੇ ਨੇ, ਉਹਨਾਂ ਰਾਹਾਂ ਦੇ ਉੱਤੇ ਤੁਰਦੇ ਨੇ, ਬਾਕੀ ਪਿੱਛੇ ਕਾਫਲੇ ਚਾਹੇ ਉਹਨਾਂ ਨੂੰ ਫੋਲੋ ਕਰਦੇ ਰਹਿਣ। ਅਤੇ ਸਾਡੀ ਇੰਡਸਟਰੀ 'ਚ ਵੀ ਇਸ ਵੇਲੇ ਬਹੁਤ ਜੁਝਾਰੂ ਹੈਗੇ ਨੇ ਇਹੋ ਜਿਹੇ, ਬੜੇ ਅੱਛੇ ਸਾਡੇ ਕੋਲ ਨਵੇਂ ਰਾਈਟਰ ਵੀ ਨੇ, ਡਾਇਰੈਕਟਰ ਵੀ ਨੇ, ਪ੍ਰੋਡਿਊਸਰ ਵੀ ਨੇ, ਜਿਹੜੇ ਨਵੀਆਂ ਚੀਜ਼ਾਂ ਦਾ ਰਿਸਕ ਲੈਂਦੇ। ਹੁਣ ਜਦੋਂ ਅਸੀਂ ਰੱਬ ਦਾ ਰੇਡੀਓ ਬਣਾਈ ਸੀ, ਤਾਂ ਉਹ ਜਦੋਂ ਉਸ ਫਿਲਮ ਦੀ ਸਫਲਤਾ ਬਾਰੇ ਜਾਂ ਅਸਫਲਤਾ ਬਾਰੇ ਗੱਲ ਚੱਲਦੀ ਸੀ ਰਿਲੀਜ਼ ਹੋਣ ਤੋਂ ਪਹਿਲਾਂ, ਤਾਂ ਇਹ ਕਿਹਾ ਜਾਂਦਾ ਸੀ ਵੀ ਕਿਵੇਂ ਤੁਹਾਨੂੰ ਕੀ ਲੱਗ ਰਿਹਾ, ਤੇ ਸਾਰੇ ਜਣੇ ਕਹਿੰਦੇ ਸੀ ਵੀ ਜਾਂ ਤੇ ਫਿਲਮ ਬਿਲਕੁਲ ਨਹੀਂ ਚੱਲਣੀ ਤੇ ਜਾਂ ਬਹੁਤ ਜ਼ਿਆਦਾ ਚੱਲਣੀ, ਤਾਂ ਉਹ ਅੰਦਰੋਂ ਪੋਜ਼ਿਟਿਵ ਸੀਗੇ, ਉਹਨਾਂ ਨੂੰ ਲੱਗਦਾ ਸੀ ਕਿ ਬਹੁਤ ਜ਼ਿਆਦਾ ਚੱਲਣ ਵਾਲੀ ਹੈ ਕਿਉਂਕਿ ਡਿਫਰੈਂਟ ਵਿਸ਼ਾ ਹੈਗਾ। ਤਾਂ ਮੰਜੇ ਬਿਸਤਰੇ ਵਰਗੀ ਫਿਲਮ ਦੇ ਨਾਲ ਉਸ ਫਿਲਮ ਦਾ ਮੁਕਾਬਲਾ ਸੀ, ਅਤੇ ਖੂਬਸੂਰਤ ਗੱਲ ਇਹ ਕਿ ਉਹ ਵੀ ਫਿਲਮ ਬਹੁਤ ਅੱਛੀ ਚੱਲੀ ਔਰ ਇਹ ਵੀ ਫਿਲਮ ਬਹੁਤ ਅੱਛੀ ਚੱਲੀ, ਦਰਸ਼ਕਾਂ ਨੇ ਮੰਜੇ ਬਿਸਤਰੇ ਨੂੰ ਵੀ ਸਵੀਕਾਰ ਕੀਤਾ ਅਤੇ ਰੱਬ ਦੇ ਰੇਡੀਓ ਨੂੰ ਵੀ ਸਵੀਕਾਰ। ਤੁਹਾਨੂੰ ਕੀ ਲੱਗਦਾ ਸੀ ਪਰਸਨਲੀ,
ਰੱਬ ਦੇ ਰੇਡੀਓ 'ਚ ਤੁਸੀਂ ਕੰਮ ਬਹੁਤ ਖੂਬਸੂਰਤ ਕੀਤਾ, ਤੁਹਾਨੂੰ ਕੀ ਲੱਗਦਾ ਸੀ? ਮੈਂ ਜਦੋਂ ਉਸ ਫਿਲਮ 'ਚ ਕੰਮ ਕੀਤਾ ਨਾ, ਮੈਨੂੰ ਉਦੋਂ ਲੱਗਾ ਕਿ ਜਿਵੇਂ ਨਾਨਕ ਨਾਮ ਜਹਾਜ਼ ਹੈ ਵਰਗੀਆਂ, ਘਰ ਸੰਸਾਰ ਵਰਗੀਆਂ, ਘਰ ਪਰਿਵਾਰ ਵਰਗੀਆਂ ਫਿਲਮਾਂ ਜਿਹੜੀਆਂ ਉਹ ਚੱਲਦੀਆਂ ਸੀ ਨਾ, ਵੀ ਉਹ ਮੈਂ ਅੱਜ ਵੀ ਦੇਖਦੀ ਸਾਂ, ਦਰਸ਼ਕ ਦੇਖਦੇ ਤਾਂ ਉਹਨਾਂ ਨੂੰ ਅੱਛੀਆਂ ਲੱਗਦੀਆਂ ਸੀ, ਬਟ ਜਿਹੜੇ ਸਾਡੇ ਹੁਣ ਦੇ ਨੌਜਵਾਨ ਹੈਗੇ, ਜਿਹੜੇ ਸਟੂਡੈਂਟਸ ਨੇ, ਜ਼ਿਆਦਾ ਤਾਂ ਉਹੀ ਸਿਨੇਮਿਆਂ ਦੇ ਵਿੱਚ ਫਿਲਮਾਂ ਦੇਖਣ ਆਉਂਦੇ ਸੀ, ਬਟ ਉਹਨਾਂ ਨੂੰ ਜ਼ਿਆਦਾ ਸ਼ਾਇਦ ਉਸ ਤਰ੍ਹਾਂ ਦੀਆਂ ਫਿਲਮਾਂ, ਪਰਿਵਾਰਿਕ ਫਿਲਮਾਂ ਨਹੀਂ ਅੱਛੀਆਂ ਲੱਗਣਗੀਆਂ। ਅੰਦਰ ਕਿਤੇ ਥੋੜ੍ਹਾ ਜਿਹਾ ਡਰ ਸੀਗਾ, ਬਟ ਮੈਨੂੰ ਲੱਗਦਾ ਸੀ ਵੀ ਜੇ ਇਹ ਚੱਲ ਗਈ ਨਾ ਤਾਂ ਇਹ ਬਹੁਤ ਪਸੰਦ ਬਹੁਤ ਕਰਨਗੇ। ਔਰ ਉਸ ਫਿਲਮ ਦੀ ਉਸ ਤਰੀਕੇ ਨਾਲ ਵੱਧ ਪਬਲਿਸਿਟੀ ਹੋਈ, ਜਿਹੜੀ ਇੱਕ ਦੂਸਰੇ ਨੂੰ ਦੱਸ ਦੱਸ ਕੇ ਲੋਕਾਂ ਨੇ ਜਦੋਂ ਦੱਸਿਆ ਕਿ ਫਿਲਮ ਬਹੁਤ ਅੱਛੀ, ਫਿਰ ਪਰਿਵਾਰਾਂ ਦੇ ਪਰਿਵਾਰ ਉਸ ਫਿਲਮ ਨੂੰ ਦੇਖਣ ਗਏ। ਤਾਂ ਮੈਨੂੰ ਇੱਧਰ ਉੱਧਰ ਕਿਤੇ ਨਾ ਜਾਇਓ, ਕਿਉਂਕਿ ਅਨੀਤਾ ਦੇਵਗਨ ਹਾਲੇ ਸਾਡੇ ਸਟੂਡੀਓ ਵਿੱਚ ਨੇ। ਸਮਾਂ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਆਖਰੀ ਮੰਜ਼ਿਲ ਵੱਲ ਵਧ ਰਹੇ ਹੋਵਾਂਗੇ। If you like this video, please subscribe to the channel, like and share this video. ਦੋਸਤੋ, ਚੱਲਦੇ ਚੱਲਦੇ ਪ੍ਰੋਗਰਾਮ ਦੀ ਅਗਲੀ ਮੰਜ਼ਿਲ ਵੱਲ ਵੱਧ ਰਹੇ ਹਾਂ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਵੋਗੇ। ਅਨੀਤਾ ਜੀ, ਆਪਾਂ ਪ੍ਰੋਗਰਾਮ ਦੀ ਆਖਰੀ ਮੰਜ਼ਿਲ ਵੱਲ ਹੈ, ਕੁਝ ਫਟਾਫਟ ਪਟਾਕੇਦਾਰ ਸਵਾਲ ਕਰਨੇ ਹੈ, ਹਰ ਸਵਾਲ ਦਾ ਜਵਾਬ ਇੱਕੋ ਹੀ ਦਿਓ। ਬਿਲਕੁਲ। ਆਪਸ਼ਨ ਇਹ ਹੈ ਕਿ 5 ਗਣਨ ਤੋਂ ਪਹਿਲਾਂ, ਹੋਰ ਆਪਸ਼ਨ ਕੋਈ ਨਹੀਂ। ਅਨੀਤਾ ਦੇਵਗਨ ਨੂੰ ਆਪ ਦਾ ਸਭ ਤੋਂ ਵਧੀਆ ਨਾਂ ਕਿਹੜਾ ਲੱਗਦਾ ਹੈ? ਮੈਨੂੰ ਅਨੀਤਾ ਦੇਵਗਨ, ਕਿਉਂਕਿ ਜਿਸ ਨਾਮ ਤੋਂ ਮੇਰੇ ਦਰਸ਼ਕ ਮੈਨੂੰ ਜਾਣਦੇ ਨੇ, ਅੱਜ ਪਛਾਣਦੇ ਨੇ, ਜਿਸ ਨਾਮ ਨੇ ਮੈਨੂੰ ਪਛਾਣ ਦਿੱਤੀ, ਜਿਸ ਨਾਮ ਨੂੰ ਤੁਸੀਂ ਮੁਹੱਬਤ ਕਰਦੇ ਹੋ, ਮੇਰੇ ਲਈ ਉਹੀ ਨਾਮ ਸਭ ਤੋਂ ਖੂਬਸੂਰਤ ਹੈ। ਮਿੱਠੀ ਨਹੀਂ ਵਧੀਆ ਲੱਗਦਾ? ਨਹੀਂ, ਦੇਖ ਰਹੇ ਨੇ ਉਹ। ਅਨੀਤਾ ਦੇਵਗਨ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ, ਸਭ ਤੋਂ ਵਧੀਆ ਫਿਲਮ ਤੁਹਾਨੂੰ ਆਪਣੀ ਕਿਹੜੀ ਲੱਗਦੀ ਹੈ? ਮੈਨੂੰ ਅੰਗਰੇਜ਼। ਅੰਗਰੇਜ਼ ਦਾ ਡਾਇਲੌਗ ਕਿਹੜਾ ਵਧੀਆ ਲੱਗਦਾ? ਤੇ ਰੱਬ ਦਾ ਰੇਡੀਓ। ਇੱਕ ਆਪਸ਼ਨ ਦੱਸੀ ਸੀ, ਇੱਕ 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 ਦੋਵੇਂ ਬਹੁਤ ਅੱਛੀਆਂ ਲੱਗਦੀਆਂ। ਤੁਹਾਡੇ ਦੋਵੇਂ ਸਾਹਮਣੇ ਪਈਆਂ ਨੇ, ਇੱਕ ਅੰਗਰੇਜ਼ ਹੈ, ਇੱਕ ਰੱਬ ਦਾ ਰੇਡੀਓ ਹੈ। ਦੋਨਾਂ 'ਚੋਂ ਇੱਕ ਚੁੱਕਣੀ ਹੋਵੇ ਕਿ ਵੇਖਣੀ ਹੈ, ਇੱਕ ਇੱਕ ਕਰਕੇ ਦੇਖੀ ਜਾਏਗੀ? ਪਹਿਲਾਂ ਕਿਹੜੀ ਦੇਖੋਗੇ? ਅੰਗਰੇਜ਼। ਅੰਗਰੇਜ਼ ਦਾ ਕੋਈ ਡਾਇਲੌਗ, ਅੱਜ ਅਸੀਂ 3 ਬੰਦੇ ਬੈਠੇ ਸੀ ਇੰਟਰਵਿਊ ਤੋਂ ਪਹਿਲਾਂ, ਤਿੰਨਾਂ ਨੂੰ ਪੁੱਛਿਆ ਗਿਆ ਕਿ ਅਨੀਤਾ ਦੇਵਗਨ ਦਾ ਸਭ ਤੋਂ ਵਧੀਆ ਡਾਇਲੌਗ ਤੁਹਾਨੂੰ ਕਿਹੜਾ ਲੱਗਦਾ ਹੈ? ਸਾਡਾ ਤਾਂ ਪਸੰਦੀਦਾ ਤਿੰਨਾਂ ਦਾ ਇੱਕੋ ਹੀ ਨਿਕਲਿਆ, ਤੁਹਾਡਾ ਕਿਹੜਾ ਜੀ? ਹੈ ਪਿਆਰ, ਹਾਂ ਮੈਂ ਮਰ ਗਈ, ਹਾਂ ਮੈਂ ਲੁੱਟੀ ਗਈ, ਵੇ ਲੋਕੋ ਵੇ ਆਪਣੀਆਂ ਧੀਆਂ ਭੈਣਾਂ ਲਕਾ ਲਓ, ਵੇ ਹਾਏ ਮੈਂ ਮਰ ਜਾਇਆ ਤਾਂ ਸਵਾਰੇ ਹੱਥ 'ਚ ਚੁੱਕੀ ਫਿਰਦਾ। ਬਿਲਕੁਲ ਇਹੋ ਹੀ ਡਾਇਲੌਗ ਸੀ, ਉਹ ਸਾਨੂੰ ਵੀ ਸਾਰਿਆਂ ਨੂੰ ਲਗਭਗ ਇਹੀ ਲੱਗਿਆ ਕਿ ਨਹੀਂ, ਅਨੀਤਾ ਦੇਵਗਨ ਆਉਣਗੇ, ਤੁਸੀਂ ਆਪਣੇ ਆਪ ਉਸੇ ਨਬਜ਼ 'ਤੇ ਹੱਥ ਰੱਖ ਲਿਆ। ਉਹ ਹੈ ਹੀ ਬਹੁਤ ਵਧੀਆ। ਪੰਜਾਬੀ ਫਿਲਮਾਂ ਦੇ ਨਾਲ ਜੁੜੇ ਹੋਏ ਹੋ, ਧਰਾਤਲ ਨਾਲ ਜੁੜੇ ਹੋਏ ਹੋ, ਤੁਹਾਨੂੰ ਪਤਾ ਹੈ ਕਿ ਫਿਲਮਾਂ ਦੇ ਅੱਗੇ ਅਤੇ ਪਿੱਛੇ ਕੀ ਹੁੰਦਾ ਹੈ। ਅੱਜ ਜਿੰਨੇ ਵੀ ਨਵੇਂ ਜਾਂ ਪੁਰਾਣੇ ਕੰਮ ਕਰ ਰਹੇ ਆ, ਉਹਨਾਂ ਵਿੱਚੋਂ ਸਭ ਤੋਂ ਵਧੀਆ ਅਦਾਕਾਰ ਕਿਹੜਾ ਲੱਗਦਾ ਤੁਹਾਨੂੰ? ਇੱਕ ਹੀਰੋ ਦੇ ਤੌਰ 'ਤੇ ਜੀ, ਨਹੀਂ ਇੱਕ ਨਹੀਂ ਦੱਸ ਸਕਦੀ ਮੈਂ, ਦੱਸਣਾ ਹੀ ਇੱਕ ਹੈ। ਇਹ ਗਲਤ ਗੱਲ ਹੈ ਸਾਡੇ ਲਈ, ਠੀਕ ਹੈ? ਨਹੀਂ ਨਾ, ਇੰਜ ਥੋੜ੍ਹਾ, ਤੁਸੀਂ ਇਹੋ ਜਿਹੇ ਧਰਮ ਸੰਕਟ 'ਚ ਨਾ ਪਾਓ, ਮਾਵਾਂ ਨੂੰ ਨਹੀਂ ਪਾਈਦਾ ਹੁੰਦਾ, ਸਾਰੇ ਮੇਰੇ ਪੁੱਤ ਨੇ ਅਤੇ ਮਾਵਾਂ ਲਈ ਸਾਰੇ ਪੁੱਤ ਇੱਕੋ ਜਿਹੇ ਹੁੰਦੇ ਆ। ਇਸ ਤਰ੍ਹਾਂ ਨਹੀਂ ਹੁੰਦਾ ਵੀ ਇੱਕ ਪੁੱਤ ਬਹੁਤ ਵਧੀਆ ਤੇ ਇੱਕ ਮਾੜਾ, ਕੋਈ ਮਾਂ ਕਹਿੰਦੀ ਵੀ ਮੇਰਾ ਪੁੱਤ ਬਹੁਤ, ਪੁੱਤਰ ਦੀ ਨਹੀਂ ਗੱਲ ਕਰ ਰਿਹਾ ਜੀ, ਮੈਂ ਸੁਪੁੱਤਰ ਦੀ ਕਰ ਰਿਹਾ, ਮੈਂ ਉਹ ਸਾਰੇ ਮੇਰੇ ਸੁਪੁੱਤਰ ਨੇ, ਮੈਨੂੰ ਸਾਰਿਆਂ ਨਾਲ ਹੀ ਬਹੁਤ ਵਧੀਆ ਲੱਗਦਾ ਕੰਮ ਕਰਕੇ, ਬਹੁਤ ਕੰਮ ਤੁਹਾਨੂੰ ਮੈਂ ਉਹਨਾਂ ਤੋਂ ਵੀ ਕਹਿ ਕੇ ਦਵਾ ਲਾਂਗੇ, ਜਿਹਨਾਂ ਦਾ ਨਾਂ ਤੁਸੀਂ ਨਹੀਂ ਲਓਗੇ। ਨਹੀਂ, ਕੰਮ ਦਵਾਉਣਾ ਹੀਰੋ ਦਾ ਕੰਮ ਹੀ ਨਹੀਂ ਹੈਗਾ, ਕੰਮ ਤਾਂ ਦੇਣਾ ਹੈਗਾ ਡਾਇਰੈਕਟਰ ਨੇ, ਰਾਈਟਰ, ਡਾਇਰੈਕਟਰ ਨੂੰ ਕਹਿ ਦਿਆਂਗੇ ਜੀ ਅਨੀਤਾ ਦੇਵਗਨ ਹੋਰਾਂ ਨਾਲ ਲਾ ਕੇ ਰੱਖੋ, ਫਿਰ ਕੋਈ ਕਿਸੇ ਇੱਕ ਦਾ ਜ਼ਿਕਰ ਜਿਹੜਾ ਵੈਸੇ ਲੋਕਾਂ ਦਾ ਪਸੰਦ ਹੋਵੇ, ਚਲੋ ਤੁਹਾਨੂੰ ਉਸ ਮਰਫ ਹੀ ਕਰ ਦਿੰਦੇ, ਜਿਹੜਾ ਸਭ ਤੋਂ ਇਸ ਵੇਲੇ ਕਹਿੰਦੇ ਹੁਣ ਵੀ ਲੋਕ ਆਪਾਂ ਇਹਨੂੰ ਜ਼ਰੂਰ ਦੇਖਣਾ। ਨਹੀਂ, ਅਮਰਿੰਦਰ ਆ, ਗਿੱਪੀ, ਐਮੀ ਆ, ਬਹੁਤ ਚੱਲ ਰਿਹਾ। ਅੱਛਾ, ਵਧੀਆ, ਲੋਕਾਂ ਨੂੰ ਅੱਛਾ ਲੱਗ ਰਿਹਾ। ਦਿਲਜੀਤ ਹੈ ਨਹੀਂ ਇਹਨਾਂ 'ਚ? ਦਿਲਜੀਤ ਤਾਂ ਹੁਣ ਹਿੰਦੀ ਫਿਲਮਾਂ ਦੇ ਹਵਾਲੇ ਕਰਤਾ ਨਾ ਆਪਾਂ। ਅੱਛਾ ਜੀ, ਪੰਜਾਬੀਆਂ 'ਚੋਂ ਕੱਢਤਾ ਉਹ, ਉਹਨਾਂ ਨੂੰ ਹੁਣ ਕਿਹਾ ਵੀ ਤੁਸੀਂ ਜਾਓ, ਹੁਣ ਤੁਸੀਂ ਚਲੋ ਹੁਣ ਆਕਾਸ਼ ਚੁੱਡੋ, ਇੱਦਾਂ ਕਰੋ ਅਤੇ ਹੁਣ ਆਪਾਂ ਹੀਰੋਇਨ ਵੱਲ ਆਉਂਦੇ ਹਾਂ। ਕੋਈ ਕੋਈ ਅਦਾਕਾਰਾ, ਕੋਈ ਲੜਕੀ ਨਵੀਂ ਹੋਵੇ, ਪੁਰਾਣੀ ਹੋਵੇ, ਹੈ ਜੀ ਜਿਹੜੀ ਲੱਗਦੀ ਹੋਵੇ ਤੁਹਾਨੂੰ ਬਹੁਤ ਪਸੰਦੀਦਾ ਕੋਈ ਇੱਕ? ਸਿੰਮੀ ਚਾਲ। ਸਿੰਮੀ ਚਾਲ, ਪਰ ਫਿਲਮਾਂ 'ਚ ਘੱਟ ਕਿਉਂ ਨਜ਼ਰ ਆਉਂਦੀ ਹੈ ਜੀ? ਅਜੇ ਤਾਂ 2-3 ਫਿਲਮਾਂ ਹੀ ਕੀਤੀਆਂ। ਮੈਂ ਉਹੀ ਕਹਿੰਦਾ ਵੀ ਘੱਟ ਕਿਉਂ ਹੈ, ਕਿਉਂਕਿ ਲਗਾਤਾਰ ਕਈ ਫਿਲਮਾਂ ਤੋਂ ਵਾਰ ਵਾਰ ਆਈ ਜਾਂਦੇ ਨੇ ਜੀ। ਨਹੀਂ, ਅਜੇ ਤਾਂ ਉਹਦੀ ਸ਼ੁਰੂਆਤ ਹੀ ਬੰਬੂ ਕੱਟ ਤੋਂ ਹੋਈ ਤੇ ਉਸ ਤੋਂ ਬਾਅਦ ਰੱਬ ਦਾ ਰੇਡੀਓ, ਦੋ ਹੀ ਫਿਲਮਾਂ, ਦੋ ਰਿਲੀਜ਼ ਹੋ ਗਈਆਂ ਹੁਣ ਇਹਨਾਂ ਦਿਨਾਂ 'ਚ, ਕਰ ਰਹੀ ਹੈ ਇੱਕ ਦੋ ਫਿਲਮਾਂ। ਹਾਂ, ਤੇ ਤੁਹਾਨੂੰ ਜਿਹੜੇ ਨੈਗੇਟਿਵ ਕਿਰਦਾਰ ਨਿਭਾਉਂਦੇ ਆ, ਦਮਦਾਰ ਅਦਾਕਾਰੀ ਜਿਹੜੀ ਦਿਖਾਉਂਦੇ ਆ, ਉਹਨਾਂ ਵਿੱਚੋਂ ਵੀ ਕੋਈ ਪਸੰਦ ਹੈ ਜੀ ਬੰਦਾ? ਸਰਦਾਰ ਸੋਈ। ਵਾਹ, ਸਹੀ ਗੱਲ ਹੈ, ਉਹਨਾਂ ਦਾ ਉਹ ਮਰੇ ਹੋਏ ਡਾਇਲੌਗ 'ਚ ਵੀ ਜਾਨ ਪਾ ਦਿੰਦੇ ਨੇ।
ਬਹੁਤ ਸਾਰੇ ਅਵਾਰਡ ਮਿਲਦੇ ਰਹਿੰਦੇ ਹੈ, ਕਦੇ ਅਵਾਰਡ ਮਿਲਿਆ ਜੀ ਕੋਈ? ਨਹੀਂ। ਕਦੇ ਕੋਈ ਗਿਲਾ ਹੋਇਆ? ਬਹੁਤ। ਕਿਉਂ? ਮੈਂ ਡਿਜ਼ਰਵ ਕਰਦੀ ਹਾਂ ਅਤੇ ਇਹਨਾਂ ਚੈਨਲਾਂ ਵਾਲਿਆਂ ਨੂੰ ਮੈਨੂੰ ਅਵਾਰਡ ਦੇਣਾ ਚਾਹੀਦਾ, ਕਿਉਂ ਨਹੀਂ ਦਿੰਦੇ? ਅਸੀਂ ਵੀ ਖੁਦ ਇਹ ਮਹਿਸੂਸ ਕਰਦੇ ਹਾਂ। ਅਤੇ ਫਿਰ ਜਦੋਂ ਰੰਜ ਹੁੰਦਾ, ਗਿਲਾ ਹੁੰਦਾ, ਸ਼ਿਕਵਾ ਹੁੰਦਾ, ਮਨ 'ਚ ਕਿਹੋ ਜਿਹੇ ਬਲਬਲੇ ਉੱਠਦੇ? ਜਿਨ੍ਹਾਂ ਨੂੰ ਮਿਲਦਾ ਮੇਰਾ ਜੀ ਕਰਦਾ ਘੁੱਟਦਾ। ਮੈਂ ਨਿਰਮਲ ਰਿਸ਼ੀ ਮੈਮ ਨੂੰ ਹਮੇਸ਼ਾ ਕਹਿੰਦੀ ਹੁੰਦੀ ਵੀ ਆਹ ਬੁੜੀ ਮੇਰੀਆਂ ਜੜ੍ਹਾਂ 'ਚ ਬੈਠੀ ਹੋਈ ਆ। ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਪਰ ਮੈਨੂੰ ਉਹਨਾਂ 'ਤੇ ਗੁੱਸਾ ਵੀ ਬਹੁਤ ਆਉਂਦਾ, ਹਰ ਵਾਰੀ ਉਹਨਾਂ ਨੂੰ ਅਵਾਰਡ ਮਿਲ ਜਾਂਦਾ। ਗੀਤ ਸੰਗੀਤ ਵੀ ਸੁਣਦੇ ਹੋ ਜੀ? ਘੱਟ ਸੁਣਦੀ ਹਾਂ। ਕਿਹਨੂੰ ਸੁਣਦੇ ਹੋ ਜ਼ਿਆਦਾ? ਜੇ ਸੁਣਨਾ ਪੈ ਜੇ ਤੁਹਾਨੂੰ, ਤੁਹਾਡੇ ਕੋਲ ਆਪਸ਼ਨ ਹੋਵੇ ਵੀ ਹੋਰ ਤੁਸੀਂ ਕੋਈ ਫਿਲਮ ਨਹੀਂ ਕਰਨੀ, ਕੋਈ ਥੀਏਟਰ ਨਹੀਂ ਕਰਨਾ, ਸਿਰਫ ਗੀਤ ਸੁਣਨਾ ਹੈ, ਆ ਟੇਪਾਂ ਸਾਰਿਆਂ ਦੀਆਂ ਤੁਹਾਡੇ ਸਾਹਮਣੇ ਪਈਆਂ ਨੇ, ਕੋਈ ਇੱਕ ਕਿਹੜੀ ਸਵਿੱਚ ਦਬੋਗੇ? ਸਰਤਾਜ। ਉਹਦਾ ਕੋਈ ਗੀਤ ਹੈ ਜਿਹੜਾ ਬਹੁਤ ਵਧੀਆ ਲੱਗਦਾ ਹੋਵੇ? ਸਾਈਂ। ਇਹ ਕਿਹੜੇ ਸਾਈਂ ਨੂੰ ਕਹਿੰਦੇ ਆ? ਜਿਹੜਾ ਉਸ ਪਲ ਮੇਰੇ ਦਿਮਾਗ 'ਚ ਹੁੰਦਾ। ਇਹਦਾ ਮਤਲਬ ਬਹੁਤ 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 ਜ਼ਿਆਦਾ ਨੇ? ਹਾਂ ਬਿਲਕੁਲ। ਅੱਛਾ ਜੀ। ਅਨੀਤਾ ਦੇਵਗਨ ਦਾ ਕੋਈ ਇਸ ਤਰ੍ਹਾਂ ਦਾ ਸੁਪਨਾ ਹੈ ਜੀ, ਜਿੱਥੇ ਉਹ ਚਾਹੁੰਦੀ ਹੈ ਕਿ ਮੈਂ ਆਕਾਸ਼ਾਂ 'ਚ ਉੜ ਕੇ ਪਰਵਾਜ਼ ਏਡੀ ਭਰ ਕੇ ਉੱਥੇ ਜਾਣਾ ਚਾਹੁੰਦੀ ਹਾਂ ਪਰ ਹਰੀ ਨਹੀਂ ਗਈ, ਜਾਂ ਉਹ ਸੁਪਨਾ ਸਰ ਕਰ ਲਿਆ? ਨਹੀਂ, ਮੈਂ ਇਸ ਤਰ੍ਹਾਂ ਨਹੀਂ, ਮੈਨੂੰ ਲੱਗਦਾ ਕਿ ਅਜੇ ਮੈਂ ਬਹੁਤ ਸਾਰੇ ਰੋਲ ਕਰਨੇ, ਬੜੇ ਡਿਫਰੈਂਟ ਤਰ੍ਹਾਂ ਦੇ ਰੋਲ ਕਰਨੇ, ਔਰ ਮੈਨੂੰ ਇਹ ਵੀ ਲੱਗਦਾ ਕਿ ਮੈਂ ਇਹੋ ਜਿਹੀ ਕੋਈ ਫਿਲਮ ਕਰਨੀ ਆ ਜਿਹਦੇ ਵਿੱਚ ਮੈਂ ਹੀਰੋਇਨ ਹੋਊਂਗੀ, ਮਤਲਬ ਉਹ ਕਰੈਕਟਰ ਆਰਟਿਸਟਾਂ ਦੀ ਫਿਲਮ ਹੋਊਗੀ ਜਿਹਦੇ ਵਿੱਚ ਮੈਨੂੰ ਦਿਮਾਗ 'ਚ ਰੱਖ ਕੇ ਫਿਲਮ ਲਿਖੀ ਜਾਊਗੀ, ਜੇ ਕਿਸੇ ਨੇ ਲਿਖਣੀ ਲਿਖ ਲਓ, ਨਹੀਂ ਤਾਂ ਮੈਂ ਆਪੇ ਲਿਖ ਕੇ ਬਣਾ ਲੈਣੀ। ਬਹੁਤ ਅੱਛੇ। ਜਿੰਨੀ ਵਧੀਆ ਤੁਸੀਂ ਅਦਾਕਾਰੀ ਕਰਦੇ ਹੋ, ਤੁਹਾਨੂੰ ਲੱਗਦਾ ਕਿ ਕਦੇ ਕਦੇ ਬਾਲੀਵੁੱਡ ਵਾਲਿਆਂ ਨੂੰ ਵੀ ਮਹਿਸੂਸ ਹੋਏਗਾ ਕਿ ਅਨੀਤਾ ਦੇਵਗਨ ਨੂੰ ਕਿਸੇ ਬਾਲੀਵੁੱਡ ਫਿਲਮ 'ਚ ਕੰਮ ਕਰਵਾਇਆ ਜਾਵੇ, ਕਰਵਾਉਣਾ ਚਾਹੀਦਾ? ਨਹੀਂ, ਉਹ ਤਾਂ ਹੁਣ ਵੀ ਬਹੁਤ ਸਾਰੀਆਂ ਆਪਸ਼ਨਸ ਮੈਨੂੰ ਕਹਿੰਦੇ ਨੇ, ਬਟ ਮੇਰੇ ਲਈ ਹੁਣ ਇਹ ਹੈਗਾ ਕਿ ਅਜੇ ਮੇਰੀਆਂ ਘਰ ਦੀਆਂ ਜ਼ਿੰਮੇਵਾਰੀਆਂ ਨੇ ਇਹੋ ਜਿਹੀਆਂ, ਮੇਰਾ ਬੱਚਾ ਜਦ ਤੱਕ ਪਲੱਸ ਟੂ ਕਰਕੇ ਕਿਸੇ ਪਾਸੇ ਆਪਣੀ ਕਿਸੇ ਲਾਈਨ ਦੇ ਵਿੱਚ ਨਹੀਂ ਚਲਾ ਜਾਂਦਾ, ਜਿਹੜਾ ਵੀ ਉਹਨੇ ਜੋ ਵੀ ਜ਼ਿੰਦਗੀ 'ਚ ਕਰਨਾ, ਤਦ ਤੱਕ ਮੈਂ ਪੰਜਾਬ ਨਹੀਂ ਛੱਡ ਸਕਦੀ। ਅਤੇ ਦੂਸਰਾ ਇਹ ਹੈਗਾ ਕਿ ਫਿਰ ਬਹੁਤੀਆਂ ਫਿਲਮਾਂ ਦੇ ਲਈ ਬੰਬੇ ਵੀ ਜਾਣਾ ਪੈਂਦਾ, ਅਤੇ ਇੱਥੇ ਮਹੀਨੇ ਦੇ ਵਿੱਚ ਇੰਨੀਆਂ ਜ਼ਿਆਦਾ ਫਿਲਮਾਂ ਮੈਂ ਕਰ ਰਹੀ ਹਾਂ, ਅਤੇ ਮੈਨੂੰ ਲੱਗਦਾ ਕਿ ਉਹ ਵੀ ਮੈਂ ਇੱਕ ਰਿਸਕ ਜਿਹਾ ਕਾਹਤੋਂ ਲੈਣਾ, ਹੁਣ ਤੁਸੀਂ ਸਾਰੇ ਜਣੇ ਇੰਨਾ ਪਿਆਰ ਕਰਦੇ ਹੋ, ਅਤੇ ਆਹ ਜਦੋਂ ਵੀ ਮੈਂ ਮਤਲਬ ਪਿੱਛੇ 2 ਟੂਰ ਲਾਏ, ਆਸਟ੍ਰੇਲੀਆ ਗਈ ਜਦੋਂ ਮੈਂ ਪਿਛਲੀ ਵਾਰੀ, ਕਨੇਡਾ ਆਈ, ਉਦੋਂ ਵੀ ਮੈਨੂੰ ਲੱਗਦਾ ਸੀਗਾ ਬਈ ਮੈਂ ਬਹੁਤ ਸਾਰੀਆਂ ਫਿਲਮਾਂ ਛੱਡ ਕੇ ਆਈ ਸਾਂ, ਤਾਂ ਹੁਣ ਤਾਂ ਮੈਂ ਇਸ ਤਰ੍ਹਾਂ ਹੀ ਹਾਂ ਜਿਵੇਂ ਬਾਹਰ ਵੀ ਜਦੋਂ ਆਉਣੀ ਹਾਂ ਤਾਂ 1-2 ਦਿਨ ਦਾ, 4 ਦਿਨ ਦਾ, 5 ਦਿਨ ਦਾ ਕੰਮ ਹੋਵੇ ਫਿਰ ਹੀ ਆਉਣੀ ਹੈ, ਇਸ ਤੋਂ ਵੱਧ ਨਹੀਂ ਆਉਂਦੀ। ਮਤਲਬ ਆ ਪਿਛਲੇ ਦਿਨ ਹੀ ਮੈਂ, ਕਿੰਨਾ ਕੁ ਸਕੈਜੂਅਲ ਸ਼ਡਿਊਲ ਤੁਸੀਂ ਕਹਿੰਦੇ ਹੋ ਉੱਥੇ, ਕਿੰਨਾ ਕੁ ਟਾਈਟ ਰਹਿੰਦਾ ਜੀ? ਇਹ ਤਾਂ ਆਪਣੀ ਮਰਜ਼ੀ ਹੈ ਨਾ, ਤੁਸੀਂ ਕਿੰਨਾ ਕੁ ਕੰਮ ਹੁਣ ਇਹਨਾਂ ਦਿਨਾਂ 'ਚ ਆਪਾਂ ਗੱਲ ਕਰੀਏ, 22-25 ਦਿਨ ਕਈ ਵਾਰੀ ਮਹੀਨੇ 'ਚ ਬਿਜ਼ੀ ਹੁੰਦੇ ਹਾਂ। ਹਾਂ, ਫਿਲਮਾਂ ਲਗਾਤਾਰ ਮਤਲਬ 2 ਹੋ ਜਾਂਦੀਆਂ, ਕਈ ਵਾਰੀ 3, ਕਈ ਵਾਰੀ ਇਹੋ ਜਿਹੀਆਂ ਵੀ, ਕਿਉਂਕਿ ਹੁਣ ਮੈਂ ਜਿਵੇਂ ਦੱਸਿਆ ਨਾ ਕਿ ਮੇਰੇ ਲਈ ਮੇਰੇ ਹਿਸਾਬ ਦੇ ਰੋਲ ਲਿਖੇ ਜਾ ਰਹੇ, ਤਾਂ ਫਿਰ ਥੋੜ੍ਹੇ ਮਤਲਬ ਵੱਡੇ ਵੀ ਰੋਲ ਲਿਖੇ ਜਾ ਰਹੇ ਹੁਣ ਮੇਰੇ ਲਈ। ਬਹੁਤ ਜ਼ਿਆਦਾ ਤੁਸੀਂ ਕੰਮ ਵੇਖਦੇ ਹੋ, ਕਿਉਂਕਿ ਕੰਮ ਤੁਹਾਡਾ ਇਹ ਹੈ, ਫਿਲਮਾਂ ਕਰਨੀਆਂ, ਫਿਰ ਫਿਲਮਾਂ ਵੇਖਣੀਆਂ, ਇਹ ਹਿੱਟ ਕਿਉਂ ਹੋ ਗਈ, ਇਹ ਫਲੋਪ ਕਿਉਂ ਹੋ ਗਈ, ਕੋਈ ਇਸ ਤਰ੍ਹਾਂ ਦੀ ਪੰਜਾਬੀ ਫਿਲਮ ਲੱਗਦੀ ਹੈ ਕਿ ਇਹ ਤਾਂ ਫਲੋਪ ਹੋਣੀ ਹੋ ਚਾਹੀਦੀ ਸੀ, ਇਹ ਨਿਕੰਮੀ ਸੀ, ਕੋਈ ਲੱਗਦੀ ਹੈ? ਬਹੁਤ ਸਾਰੀਆਂ ਮਤਲਬ ਮੈਨੂੰ ਨਾ ਭੁੱਲ ਗਈ, ਮੈਂ ਇੱਕ ਪਿਛਲੇ ਦਿਨਾਂ ਦੇ ਵਿੱਚ ਮੈਂ ਫਿਲਮ ਦੇਖੀ, ਉਹ ਤਾਂ ਇੰਝ ਲੱਗਦਾ ਸੀ ਵੀ ਚੁਟਕਲੇ ਹੀ ਜੋੜ ਕੇ ਬਣਾਈ ਹੋਈ ਆ, ਤਾਂ ਉਦੋਂ ਗੁੱਸਾ ਵੀ ਆਉਂਦਾ, ਲੱਗਦਾ ਕਿ ਅਸੀਂ ਇਸ ਇੰਡਸਟਰੀ ਦਾ ਹਿੱਸਾ ਜਿਹਦੇ 'ਚ ਇਹੋ ਜਿਹੇ ਫਿਲਮਾਂ ਬਣਾਉਣ ਵਾਲੇ ਵੀ ਹੈਗੇ ਨੇ ਜਿਹੜੇ ਖਰਾਬ ਕਰ ਰਹੇ ਨੇ ਸਿਨੇਮੇ ਨੂੰ, ਸਗੋਂ ਉਹ ਲੱਗਦਾ ਹੁੰਦਾ ਕਈ ਵਾਰੀ ਇਸ ਤਰ੍ਹਾਂ ਨਾਲ। ਜਿਹੜਾ ਸਾਊਥ ਦਾ ਸਿਨੇਮਾ ਜੀ, ਦੱਖਣ ਦਾ, ਉਹ ਬਾਲੀਵੁੱਡ ਤੋਂ ਵੀ ਅਗਾਂਹ ਦੀ ਗੱਲ ਹੈ ਜੀ, ਕਾਫੀ ਸਟਰੋਂਗ ਮੰਨਿਆ ਜਾਂਦਾ, ਮਜ਼ਬੂਤ ਮੰਨਿਆ ਜਾਂਦਾ। ਪੰਜਾਬੀ ਸਿਨੇਮੇ ਨੂੰ ਕਿੱਥੇ ਕੁ ਵੇਖਦੇ ਹੋ ਜੀ ਅੱਜ? ਮੈਨੂੰ ਲੱਗਦਾ ਕਿ ਪੰਜਾਬੀਆਂ ਦਾ ਜਿਸ ਤਰ੍ਹਾਂ ਦਾ ਜਨ ਜੀਵਨ, ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਲਾਈਫ ਸਟਾਈਲ ਹੈ, ਉਹਦੇ ਹਿਸਾਬ ਨਾਲ ਅਸੀਂ ਵਧੀਆ ਜਗ੍ਹਾ ਦੇ ਉੱਤੇ ਹੈਗੇ ਹਾਂ। ਸਾਊਥ ਦੀਆਂ ਫਿਲਮਾਂ ਮੈਨੂੰ ਬਹੁਤੀਆਂ ਨਹੀਂ ਅੱਛੀਆਂ ਲੱਗਦੀਆਂ, ਕਿਉਂਕਿ ਉਹਨਾਂ ਦੇ ਵਿੱਚ ਮਾਰ ਧਾੜ ਐਕਸ਼ਨ ਬਹੁਤ ਜ਼ਿਆਦਾ ਹੁੰਦਾ, ਉਹ ਚੀਜ਼ ਜਿਹੜੀ ਮਤਲਬ ਸਿਨੇਮਾ, ਹੁਣ ਸਾਡੇ ਬੱਚੇ ਜਦੋਂ ਫਿਲਮਾਂ ਦੇਖਣਗੇ ਬਹੁਤ ਜ਼ਿਆਦਾ ਉਹਨਾਂ ਨੇ ਕਾਪੀ ਕਰਨਾ, ਸਾਊਥ ਦੀਆਂ ਫਿਲਮਾਂ ਨੂੰ ਵੀ ਉਹ ਦੇਖਦੇ ਨੇ ਤਾਂ ਉਸ ਹਿੰਸਾ ਨੂੰ ਕਾਪੀ ਕਰਦੇ ਨੇ। ਇਹੀ ਗੱਲ ਆ ਕਿ ਅੱਜ ਸਾਡੇ 'ਚੋਂ ਸਹਿਣ ਸ਼ਕਤੀ ਖਤਮ ਹੋ ਰਹੀ, ਅਸੀਂ ਹਿੰਸਕ ਜ਼ਿਆਦਾ ਹੋ ਰਹੇ ਹਾਂ, ਤਾਂ ਉਹ ਚੀਜ਼ਾਂ ਕਿਤੇ ਨਾ ਕਿਤੇ ਡਿਸਟਰਬ ਕਰ ਰਹੀਆਂ ਸਾਡੇ ਲਾਈਫ ਸਟਾਈਲ ਨੂੰ, ਤਾਂ ਸਾਡਾ ਜਿਹੜਾ ਇੱਕ ਸਹਿਜਤਾ ਦੇ ਨਾਲ ਜਿਉਣ ਦਾ, ਜਿਹੜਾ ਸਾਨੂੰ ਬਾਬੇ ਨਾਨਕ ਨੇ ਜਿਹੜੀ ਇੱਕ ਸਿੱਖਿਆ ਦਿੱਤੀ ਸਾਡੇ ਜ਼ਿੰਦਗੀ ਦੇ ਵਿੱਚ, ਜਿਹੜੀ ਇੱਕ ਜੀਵਨ ਜਾਂਚ ਭਰੀ ਹੈ, ਉਸ ਜੀਵਨ ਜਾਂਚ ਦੇ ਵਿੱਚ ਅਸੀਂ ਬਹੁਤ ਆਨੰਦਮਈ ਫੀਲ ਕਰ ਰਹੇ ਹਾਂ, ਔਰ ਇੱਕ ਵਧੀਆ ਅਸੀਂ ਜਿਸ ਤਰ੍ਹਾਂ ਨਾਲ ਤੁਰ ਰਹੇ, ਇਹਨਾਂ ਚੀਜ਼ਾਂ ਦੀ ਹੀ ਪੇਸ਼ਕਾਰੀ ਸਾਡਾ ਸਿਨੇਮਾ ਕਰ ਰਿਹਾ, ਔਰ ਟੈਕਨੀਕਲੀ ਜਿਹੜਾ ਉਹ ਸਾਊਂਡ ਹੋਣਾ ਚਾਹੀਦਾ, ਅਸੀਂ ਦਿਨ ਬ ਦਿਨ ਸਾਊਂਡ ਹੋ ਰਹੇ ਹਾਂ, ਔਰ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੀਆਂ ਕਹਾਣੀਆਂ ਬੜੀਆਂ ਅੱਛੀਆਂ ਬਣ ਆ ਰਹੀਆਂ, ਸਾਡਾ ਕੈਮਰੇ ਬੜੇ ਅੱਛੇ ਆ ਗਏ, ਟੈਕਨੀਕ ਬੜੀ ਵਧੀਆ ਆ ਗਈ, ਹੁਣ ਤੁਸੀਂ ਪੰਜਾਬੀ ਦੀ ਫਿਲਮ ਦੇਖ ਲਓ ਚਾਹੇ ਹਿੰਦੀ ਦੀ ਦੇਖ ਲਓ, ਇੱਕੋ ਜਿਹੀਆਂ ਲੱਗੀ ਜਾਂਦੀਆਂ ਨੇ,
ਤਾਂ ਮਤਲਬ ਉਹ ਚੀਜ਼ਾਂ ਕਿਉਂਕਿ ਫਿਲਮਾਂ ਤਾਂ ਸਮਾਜ ਦਾ ਦਰਪਣ ਨੇ, ਆਈਨਾ ਨੇ, ਹੈ ਨਾ, ਅਤੇ ਜੋ ਕੁਝ ਅਸੀਂ ਵਿਖਾਵਾਂਗੇ ਉਹਦਾ ਅਸਰ ਵੀ ਕਿਤੇ ਨਾ ਕਿਤੇ ਸਾਡੇ ਦਰਸ਼ਕਾਂ 'ਤੇ ਹੋਣਾ, ਅਤੇ ਅਸੀਂ ਕਿਉਂ ਮਤਲਬ ਉਹੋ ਜਿਹੀ ਹਿੰਸਾ ਨੂੰ ਆਪਣੀਆਂ ਫਿਲਮਾਂ ਦੇ ਵਿੱਚ ਉਹਦਾ ਹਿੱਸਾ ਬਣਾਈਏ, ਜਿਹੜੀਆਂ ਚੀਜ਼ਾਂ ਸਾਡੀ ਜ਼ਿੰਦਗੀ ਤੋਂ ਦੂਰ ਰਹਿਣ ਤਾਂ ਹੀ ਚੰਗਾ। ਹੁਣ ਜ਼ਿੰਦਗੀ ਦੀ ਗੱਲ ਤੁਸੀਂ ਕੀਤੀ ਹੈ, ਜਿਹੜੀਆਂ ਫਿਲਮਾਂ ਨੇ ਇਸ ਜ਼ਿੰਦਗੀ ਦੇ ਨੇੜ ਤੇੜ ਦੀ ਕਿਤੇ ਗੱਲ ਕਰਦੀਆਂ ਹੁੰਦੀਆਂ? ਬਹੁਤ ਸਾਰੀਆਂ ਕਰਦੀਆਂ ਵੀ ਨੇ, ਜਿਹੜੀਆਂ ਟੋਟਲ ਫਿਲਮਾਂ ਨਹੀਂ ਕਰਦੀਆਂ ਉਹਨਾਂ ਦੇ ਕਈ ਕਿਰਦਾਰ ਉਸ ਗੱਲ ਨੂੰ ਪੇਸ਼ ਕਰਦੇ ਨੇ ਕਿਤੇ ਨਾ ਕਿਤੇ। ਮਤਲਬ ਇਹ ਸਾਰਾ ਕੁਛ ਇੰਝ ਹਵਾ 'ਚ ਤਾਂ ਨਹੀਂ ਵਾਪਰ ਰਿਹਾ ਨਾ, ਮਤਲਬ ਹਰ ਤਰ੍ਹਾਂ ਦਾ ਹੀ ਲਾਈਫ ਸਟਾਈਲ ਹੁੰਦੇ ਨੇ, ਹਰ ਤਰ੍ਹਾਂ ਦੀਆਂ ਕਹਾਣੀਆਂ ਵੱਖ ਵੱਖ, ਇੰਨੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਦੇ ਐਕਸਪੀਰੀਅੰਸ ਹੁੰਦੇ, ਸਾਰਿਆਂ ਨਾਲ ਇੱਕੋ ਜਿਹੇ ਤਾਂ ਨਹੀਂ ਹੁੰਦੇ, ਉਹ ਕਿਤੇ ਨਾ ਕਿਤੇ ਤਾਂ ਮੈਚ ਕਰਦੇ ਹੀ ਨੇ ਨਾ। ਅਤੇ ਸਭ ਤੋਂ ਵੱਧ ਕਿ ਮੈਂ ਮੈਚ ਕਰਦੀ ਹਾਂ, ਮਤਲਬ ਜਦ ਤੁਸੀਂ ਕਹਿੰਦੇ ਹੋ ਕਿ ਮੈਨੂੰ ਤੁਸੀਂ ਫਲਾਨੇ ਨਾਲ ਰਿਲੇਟ ਕਰ ਲਿਆ, ਉਹਦੇ ਨਾਲ ਰਿਲੇਟ ਕਰ ਲਿਆ, ਮੈਂ ਨਾ ਮੇਰਾ ਚਿਹਰਾ, ਮੇਰਾ ਪਿਆਰ, ਮੇਰੀ ਮਮਤਾ, ਅਤੇ ਮਤਲਬ ਉਹ ਇਹਦਾ ਮਤਲਬ ਵੀ ਕਿਤੇ ਨਾ ਕਿਤੇ ਤਾਂ ਫਿਰ ਮੇਰੇ ਵਰਗੇ ਬਹੁਤ ਸਾਰੇ ਹੈਗੇ ਨੇ ਨਾ ਰਿਸ਼ਤੇ। ਕਦੇ ਕੋਈ ਇਸ ਤਰ੍ਹਾਂ ਦਾ ਰੋਲ ਛੱਡਿਆ ਜੀ ਜਿਹੜਾ ਬਾਅਦ 'ਚ ਕਿਸੇ ਨੇ ਹੋਰ ਕਰ ਦਿੱਤਾ ਹੋਵੇ ਅਤੇ ਉਹਦੀ ਬੱਲੇ ਬੱਲੇ ਹੋਈ ਪਈ ਹੋਵੇ, ਤੁਸੀਂ ਸੋਚਦੇ ਹੋ ਜੇ ਮੈਂ ਉਹ ਨਾ ਰੋਲ ਛੱਡਦੀ, ਕਈ ਵਾਰੀ ਦੋ ਫਿਲਮਾਂ ਇਕੱਠੀਆਂ ਆ ਗਈਆਂ ਹੁਣ ਜਾਂ ਕੋਈ ਹੋਰ ਵਜ੍ਹਾ ਬਣੀ ਹੋਵੇ, ਕਦੇ ਹੋਇਆ ਜੀ? ਜਦੋਂ ਲਾਹੌਰੀਏ ਦੇ ਲਈ ਮੈਨੂੰ ਆਫਰ ਹੋਇਆ ਸੀਗਾ ਕਿਰਦਾਰ, ਤਾਂ ਬਾਅਦ ਦੇ ਵਿੱਚ ਨਿਰਮਲ ਰਿਸ਼ੀ ਜੀ ਨੇ ਕੀਤਾ ਉਹ, ਕਿਉਂਕਿ ਪਹਿਲਾਂ ਉਹ ਸ਼ਾਇਦ ਹੀਰੋਇਨ ਦੀ ਮਦਰ ਦਾ ਕਰ ਰਿਹਾ ਸੀ, ਮੈਨੂੰ ਇਸ ਤਰ੍ਹਾਂ ਮੈਨੂੰ ਦੱਸਿਆ ਗਿਆ ਸੀ ਕਿ ਤੁਸੀਂ ਉਦੋਂ ਮੈਂ ਹੀਰੋ ਦੀ ਮਦਰ ਦਾ ਕਰ ਰਹੀ ਸੀ, ਫਿਰ ਨਾਲ ਦੀ ਨਾਲ ਰੱਬ ਦਾ ਰੇਡੀਓ ਵੀ ਸੀਗੀ, ਤਾਂ ਉਹ ਥੋੜ੍ਹੀਆਂ ਡੇਟਾਂ ਅੱਗੇ ਪਿੱਛੇ ਹੋਈਆਂ, ਫਿਰ ਉਹ ਬਾਅਦ ਦੇ ਵਿੱਚ ਮੈਂ ਨਹੀਂ ਕੀਤੀ, ਅਤੇ ਰੱਬ ਦਾ ਰੇਡੀਓ ਦਾ ਸ਼ੂਟ ਚੱਲਣ ਦੀ ਵਜ੍ਹਾ ਕਰਕੇ, ਬਟ ਮੈਂ ਸੈਟਿਸਫਾਈ ਹਾਂ ਕਿਉਂਕਿ ਮੈਨੂੰ ਲੱਗਾ ਕਿ ਜੇ ਉਹਦੇ 'ਚ ਨਹੀਂ ਕੀਤਾ ਤਾਂ ਇਹ ਵੀ ਇੱਕ ਅੱਛੀ ਫਿਲਮ ਮੈਂ ਕਰ ਲਈ, ਰੱਬ ਦਾ ਰੇਡੀਓ ਜਿਹੜਾ ਉਹਦੇ 'ਚ ਮੇਰੀ ਬੜੀ ਤਾਰੀਫ ਹੋਈ ਉਸ ਰੋਲ ਦੀ, ਅਤੇ ਉਹਨਾਂ ਵੇਲਿਆਂ 'ਚ ਇੱਕੋ ਹੀ ਫਿਲਮ ਹੋ ਸਕਦੀ ਸੀ, ਜਾਂ ਤਾਂ 20-22 ਦਿਨ ਉਸ ਫਿਲਮ ਨੂੰ ਦੇ ਦਿੰਦੀ ਜਾਂ ਇਸ ਫਿਲਮ ਨੂੰ ਦੇ ਦਿੰਦੀ। ਜਾਂ ਕੋਈ ਇਸ ਤਰ੍ਹਾਂ ਦਾ ਵੀ ਹੈ ਕਿ ਧੱਕੇ ਨਾਲ ਕੋਈ ਤੁਹਾਡੀ ਝੋਲੀ 'ਚ ਆ ਕੇ ਰੋਲ ਡਿੱਗ ਪਿਆ ਹੋਵੇ? ਨਹੀਂ, ਧੱਕੇ ਨਾਲ ਮੈਂ ਰੋਲ ਲਿਆ। ਕਿਹੜਾ ਜੀ? ਬੰਬੂ ਘਾਟ। ਅੱਛਾ, ਬਹੁਤ ਵਧੀਆ ਕਮਾਲ। ਉਹ ਪਤਾ ਮੈਂ ਨਾ ਉਹਦਾ ਬਣਾ ਵੀ ਤੁਸੀਂ ਰੋਲ ਦਾ ਬੰਬੂ ਘਾਟ ਦਿੱਤਾ ਸੀ। ਮੈਂ ਨਾ ਉਹ ਪੰਕਜ ਨੂੰ ਮੈਸੇਜ ਕੀਤਾ, ਮੈਂ ਕਿਹਾ ਵੀ ਕੀ ਗੱਲ, ਮੇਰੇ ਲਈ ਤੇਰੀ ਫਿਲਮ 'ਚ ਰੋਲ ਕਿਉਂ ਨਹੀਂ, ਮੈਂ ਤੇਰੀ ਫੇਵਰੇਟ ਐਕਟਰਸ ਆ। ਮੈਂ ਕਿਹਾ ਮੈਂ ਨਾ ਸੋਚਦੀ ਮੈਂ ਅਗਲੇ ਜਨਮ 'ਚ ਮੀਨੂ ਢਿੱਲੋਂ ਬਣ ਕੇ ਪੈਦਾ ਹੋਣਾ, ਤੇ ਉਹਨੂੰ ਹਰ ਫਿਲਮ 'ਚ ਲੈਂਦਾ, ਮੈਨੂੰ ਨਹੀਂ ਲੈਂਦਾ। ਉਹ ਕਹਿੰਦਾ ਮੈਡਮ ਰੋਲ ਹੀ ਬੜਾ ਛੋਟਾ ਵਾ, ਤੇ ਹੁਣ ਮਤਲਬ ਇੰਨਾ ਛੋਟਾ ਜਿਹਾ ਕਿਰਦਾਰ ਤੁਹਾਡੇ ਕੋਲੋਂ ਕਿਵੇਂ ਕਰਵਾਵਾਂ। ਮੈਂ ਕਿਹਾ ਤੂੰ ਥੋੜ੍ਹਾ ਜਿਹਾ ਵਧਾ ਲਾ, ਚਲੋ ਦੇਖਦਾ ਕਰਦਾ, ਮੈਨੂੰ ਪਤਾ ਇਹਨੇ ਦੇਖਦਾ ਕਰਦਾ ਕਰੀ ਜਾਣਾ। ਤੇ ਉਹਨਾਂ ਦਿਨਾਂ 'ਚ ਨਾ ਮੈਂ ਟੇਸ਼ਨ ਫਿਲਮ ਸ਼ੂਟ ਕਰਦੀ ਹੋਈ ਸੀ, ਉਹ ਵੀ ਉੱਥੇ ਲਾਗੇ ਸ਼ੂਟ ਹੋ ਰਹੀ ਸੀ। ਮੈਂ ਨਾ ਫਿਰ ਪੰਕਜ ਨੂੰ ਸੁਣਾ ਭੇਜਿਆ, ਮੈਂ ਕਿਹਾ ਪੰਕਜ ਮੈਂ ਨਾ 2.5 ਮੀਟਰ ਚਿੱਟਾ ਕੱਪੜਾ ਖਰੀਦ ਲਿਆ, ਤੇ ਮੈਂ ਨਾ ਤੇਰੇ ਸੈੱਟ ਦੇ ਉੱਤੇ ਆ ਕੇ ਆਤਮ ਹੱਤਿਆ ਕਰਨੀ ਆ, ਔਰ ਉਹ ਕੱਪੜਾ ਮੈਂ ਆਪਣਾ ਆਪੇ ਲੈ ਲਿਆ ਜਿਹੜਾ ਮੇਰੇ ਉੱਤੇ ਖੱਪਣ ਪਾਉਣਾ ਤੁਸੀਂ ਬਾਅਦ 'ਚ ਔਰ ਸਾਰੀ ਇੰਡਸਟਰੀ ਦੇ ਸਾਹਮਣੇ। ਫਿਰ ਮੈਂ ਉਹਦੇ ਸੈੱਟ 'ਤੇ ਗਈ, ਮੈਂ ਉਹਨੂੰ ਵੈਸੇ ਹੀ ਕਿਹਾ, ਮੈਂ ਕਿਹਾ ਮੈਂ ਕੱਪੜਾ ਲੈ ਕੇ ਆਈ ਨਾਲ। ਉਸ ਦਿਨ ਸੈੱਟ ਦੇ ਉੱਤੇ ਹੌਬੀ ਜੀ ਸੀਗੇ, ਬੀਨੂ ਸੀ, ਅਤੇ ਨਿਰਮਲ ਰਿਸ਼ੀ ਜੀ ਸੀਗੇ, ਔਰ ਸੋਈ ਸਾਹਿਬ ਸੀਗੇ, ਹੈ ਨਾ, ਔਰ ਰਾਣਾ ਜੰਗ ਬਹਾਦਰ। ਮੈਂ ਸਾਰਿਆਂ ਨੂੰ ਇਕੱਠਿਆਂ ਕਰ ਲਿਆ, ਮੈਂ ਕਿਹਾ ਇੱਧਰ ਆਓ ਭਾਈ, ਹੁਣ ਮੈਂ ਕਿਹਾ ਇਹ ਬੰਦਾ ਸਾਹਮਣੇ ਬੈਠਾ, ਹੁਣ ਇਹਨੂੰ ਪੁੱਛੋ ਵੀ ਇਹਨੇ ਮੈਨੂੰ ਰੋਲ ਦੇਣਾ ਕਿ ਤੁਹਾਡੀ ਹਾਜ਼ਰੀ 'ਚ ਮੈਂ ਆਤਮ ਹੱਤਿਆ ਕਰਾਂ। ਫਿਰ ਉਹ ਮੈਨੂੰ ਕਹਿੰਦਾ ਵੀ ਬੈਠ ਦਿਓ ਤੁਸੀਂ, ਆਤਮ ਹੱਤਿਆ ਨਹੀਂ ਕਰਨੀ। ਅਤੇ ਫਿਰ ਉਹਨਾਂ ਨੇ ਉਹ ਰੋਲ ਕਹਿੰਦੇ ਵੀ ਮੈਂ ਥੋੜ੍ਹਾ ਉਹਨੂੰ ਵੱਡਾ ਕਰਦਾ ਟਰੈਕ ਨੂੰ, ਅਤੇ ਉਹ ਕਹਿ ਕੇ ਫਿਰ ਉਹਨਾਂ ਨੇ ਥੋੜ੍ਹਾ ਟਰੈਕ ਹੋਰ ਵੱਡਾ ਕੀਤਾ, ਅਤੇ ਬਾਕੀ ਉਹ ਫਿਰ ਥੋੜ੍ਹਾ ਜਿਹਾ ਉਹਨਾਂ ਨੇ ਵੱਡਾ ਕੀਤਾ ਅਤੇ ਥੋੜ੍ਹਾ ਜਿਹਾ ਮੈਂ ਕਰ ਲਿਆ। ਸੋ ਅਨੀਤਾ ਜੀ, ਗੱਲਾਂ ਬਾਤਾਂ ਮੁੱਕਣ ਵਾਲੀਆਂ ਨਹੀਂ ਨੇ ਤੁਹਾਡੇ ਨਾਲ ਕਰਦਿਆਂ ਕਰਦਿਆਂ, ਤੁਹਾਡਾ ਅੰਦਾਜ਼, ਤੁਹਾਡਾ ਲਹਿਜਾ, ਤੁਹਾਡੀ ਪੇਸ਼ਕਾਰੀ ਕਮਾਲ ਨਹੀਂ ਸਗੋਂ ਬਾ ਕਮਾਲ ਨੇ। ਉਮੀਦ ਕਰ ਰਹੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਤੁਹਾਡੇ ਨਾਲ ਕੀਤੀ ਗੱਲਬਾਤ ਚੰਗੀ ਲੱਗੀ ਹੋਏਗੀ। 30 ਸੈਕਿੰਡ ਨੇ ਅਖੀਰ ਵਿੱਚ, ਬਹੁਤ ਸਾਰੀਆਂ ਗੱਲਾਂ ਬਾਤਾਂ ਰਹਿ ਗਈਆਂ ਹੋਣਗੀਆਂ ਜਿਹੜੀਆਂ ਮੈਂ ਤੁਹਾਡੇ ਤੋਂ ਪੁੱਛ ਨਾ ਸਕਿਆ ਵਾਂ, ਕੁਝ ਕਹਿਣਾ ਚਾਹੁੰਦੇ ਹੋ ਕਿਹਾ ਜਾ ਸਕਦਾ? ਢਹਿ ਜਾਣਾ, ਘੰਟਾ ਹੋ ਗਿਆ ਮੈਂ ਤੁਹਾਡੇ ਨਾਲ ਇੱਥੇ ਬੈਠੀ, ਮੈਨੂੰ ਨਾ ਘੜੀ ਪਿੱਛੋਂ ਕਹੀ ਜਾਂਦੇ ਪਾਣੀ ਪੀਓਗੇ, ਪਾਣੀ ਲੈ ਲਓ ਇੱਕ ਘੁੱਟ, ਕੋਈ ਖਾਣ ਪੀਣ ਨੂੰ ਵੀ ਪੁੱਛ ਲਈਦਾ ਹੁੰਦਾ, ਐਡਾ ਸਰੀਰ ਜਦੋਂ ਸੱਦਿਆ ਹੁੰਦਾ। ਅਸੀਂ ਕਿਹਾ ਕੀ ਖਵਾਵਾਂਗੇ ਤੁਹਾਨੂੰ, ਥੋੜੀ ਡਾਈਟਿੰਗ ਕਰੋ, ਉੱਥੋਂ ਮੰਗਾਓ ਕੋਈ 8-10 ਪੀਜੇ। ਮੇਰੇ ਕੋਲ ਤਾਂ ਹੁਣ ਕੁਝ ਖਾਧਾ ਹੀ ਨਹੀਂ ਜਾਂਦਾ, ਜਵਾਨੀ ਵੇਲੇ ਤਾਂ ਬਥੇਰਾ ਖਾ ਲਈਦਾ ਸੀ। ਚਲੋ ਘੱਟੋ ਘੱਟ ਇਹ ਪਹਿਲੀ ਹਜਮੀ ਨਹੀਂ ਹੁੰਦਾ, ਦੀ ਪਹਿਲੀ ਲੇਡੀ ਹੈ ਜਿਹੜੀ ਮੰਨੀ ਹੈ ਕਿ ਮੈਂ ਹੁਣ ਜਵਾਨ ਨਹੀਂ। ਹਾਂ, ਕਿਉਂਕਿ ਹੁਣ ਮੈਂ ਮਦਰ ਹਾਂ ਜੀ, ਐਜ਼ ਏ ਮਦਰ ਤੁਸੀਂ ਸਾਰੇ ਜਣੇ ਮੈਨੂੰ ਪਸੰਦ ਕਰਦੇ ਹੋ, ਤੇ ਦੁੱਖ ਤੇ ਬੜਾ ਹੁੰਦਾ, ਹਿਰਦਾ ਬਹੁਤ ਵਲੁੰਦਰਿਆ ਜਾਂਦਾ, ਪਰ ਹੁਣ ਆਪਸ਼ਨ ਕੋਈ ਨਹੀਂ ਆ ਜੀ, ਇਹ ਮੰਨਣਾ ਹੀ ਪੈਣਾ। ਆਪਸ਼ਨ ਮੇਰੇ ਕੋਲ ਵੀ ਕੋਈ ਨਹੀਂ ਜੀ, ਹੁਣ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾਉਣੀ ਪਊ। ਚੱਲ 15-20 ਪਰੌਂਠੇ ਮੰਗਾ ਫਿਰ ਫਟਾਫਟ। ਸਤਿ ਸ਼੍ਰੀ ਅਕਾਲ ਜੀ, ਮੈਂ ਪਰੌਂਠੇ ਖਾ ਲਾਂ, ਫਿਰ ਕਰਦੇ ਹਾਂ ਅਗਲਾ ਐਪੀਸੋਡ। ਧੰਨਵਾਦ ਜੀ, ਥੈਂਕ ਯੂ ਜੀ। ਦੋਸਤੋ, ਇਹ ਸਨ ਅਨੀਤਾ ਦੇਵ ਖਾਨ, ਜਿਨ੍ਹਾਂ ਨੇ ਬਹੁਤ ਹੀ ਕਮਾਲ ਦੀ ਅੱਜ ਮੁਲਾਕਾਤ ਸਾਡੇ ਨਾਲ ਪ੍ਰਾਈਮ ਏਸ਼ੀਆ ਟੈਲੀਵਿਜ਼ਨ 'ਤੇ ਦਿੱਤੀ ਹੈ। ਤੁਹਾਨੂੰ ਇਹ ਮੁਲਾਕਾਤ ਕਿਵੇਂ ਲੱਗੀ ਹੈ ਸਾਡੇ ਤੱਕ ਲਿਖ ਭੇਜੋ, ਅਸੀਂ ਉਡੀਕ ਵਿੱਚ ਰਹਾਂਗੇ। ਅੱਜ ਦੇ ਸਮੇਂ ਦੀ ਇੱਥੇ ਹੀ ਸਮਾਪਤੀ ਹੋਣ ਜਾ ਰਹੀ ਹੈ। ਜਾਣ ਤੋਂ ਪਹਿਲਾਂ ਕਹਿਣਾ ਚਾਹੁੰਦਾ, ਜ਼ਿੰਦਗੀ ਜ਼ਿੰਦਾਦਰੀ ਦਾ ਨਾਮ ਹੈ। ਕੱਲ੍ਹ ਫਿਰ ਮਿਲਾਂਗੇ, ਉਦੋਂ ਤੱਕ
If you like this video, please subscribe the channel, like and share this video.